ਹੈਲੋ ਫਰੈਂਡਸ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਦੇ ਉੱਤੇ। ਤਾਂ ਫਰੈਂਡਸ, ਇਸ ਤੋਂ ਪਹਿਲਾਂ ਆਪਾਂ ਪੰਜਾਬ GK ਦਾ ਫਸਟ ਪਾਰਟ ਕੰਪਲੀਟ ਕੀਤਾ, ਜਿਹਦੇ ਵਿੱਚ ਆਪਾਂ ਟੋਪ 50 MCQs ਡਿਸਕਸ ਕੀਤੇ ਸੀਗੇ ਵਿਦ ਐਕਸਪਲੇਨੇਸ਼ਨ। ਜੇਕਰ ਤੁਸੀਂ ਉਸ ਵੀਡੀਓ ਨੂੰ ਨਹੀਂ ਦੇਖਿਆ, ਉਹਨੂੰ ਵੀ ਜ਼ਰੂਰ ਦੇਖ ਲਵੋ। ਹਰ ਇੱਕ ਕੁਸ਼ਚਨ ਦੇ ਪਿੱਛੇ ਦੀ ਹਿਸਟਰੀ ਸਾਰੀ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਉਹਦੇ ਵਿੱਚ ਦੱਸ ਦਿੱਤੀ ਆ। ਅਤੇ ਅੱਜ ਆਪਾਂ ਪਾਰਟ 2 ਆਪਣਾ ਕਰਾਂਗੇ, ਜਿਹਦੇ ਵਿੱਚ ਆਪਾਂ 51 ਤੋਂ ਲੈ ਕੇ ਸਟਾਰਟ ਕਰਾਂਗੇ। ਤਾਂ ਚਲੋ ਸ਼ੁਰੂ ਕਰਦੇ ਹਾਂ ਆਪਣੇ ਫਸਟ ਕੁਸ਼ਚਨ ਤੋਂ। ਕਿਲ੍ਹਾ ਰਾਏਪੁਰ ਇਜ਼ ਲੋਕੇਟਿਡ ਨੀਅਰ ਵਿਚ ਸਿਟੀ ਇਨ ਪੰਜਾਬ? ਕਿਲ੍ਹਾ ਰਾਏਪੁਰ ਫੇਮਸ ਹੈ ਪੰਜਾਬ ਦੇ ਵਿੱਚ, ਤੁਹਾਨੂੰ ਪਤਾ ਹੈ। ਕਿਹੜੀ ਸਿਟੀ ਦੇ ਵਿੱਚ ਲੋਕੇਟਿਡ ਹੈ? ਤਾਂ ਉਹ ਕਿੱਥੇ ਹੈਗਾ ਵਾ? ਲੁਧਿਆਣਾ ਦੇ ਵਿੱਚ ਹੈਗਾ, ਠੀਕ ਹੈ। ਇੱਥੇ ਓਲੰਪਿਕਸ ਵੀ ਹੁੰਦੇ ਨੇ, ਤਾਂ ਤੁਸੀਂ ਯਾਦ ਰੱਖ ਲਵੋ ਕਿਲ੍ਹਾ ਰਾਏਪੁਰ ਜਿਹੜਾ ਲੋਕੇਟਿਡ ਹੈ ਪੰਜਾਬ ਲੁਧਿਆਣਾ ਵਿਖੇ, ਠੀਕ ਹੈ। ਨੈਕਸਟ ਕੁਸ਼ਚਨ, ਹੂ ਇਜ਼ ਦੀ 7th ਸਿੱਖ ਗੁਰੂ? ਸਿੱਖਾਂ ਦੇ 7ਵੇਂ ਗੁਰੂ ਕੌਣ ਨੇ? ਤਾਂ ਸਿੱਖਾਂ ਦੇ 7ਵੇਂ ਗੁਰੂ ਨੇ ਗੁਰੂ ਹਰ ਰਾਏ ਜੀ। ਅਤੇ ਮੈਂ ਤੁਹਾਨੂੰ ਦੱਸਿਆ ਸੀਗਾ ਗੁਰੂਆਂ ਜੀ ਦੇ ਬਾਰੇ ਆਪਾਂ ਡਿਟੇਲਸ ਦੇ ਵਿੱਚ ਵੀ ਪੜ੍ਹਾਂਗੇ, ਠੀਕ ਹੈ। ਉਹਨਾਂ ਦੀ ਕਿਹੜੀ ਕਿਹੜੀ ਹਿਸਟਰੀ ਰਹੀ ਆ, ਉਹਦੇ ਲਈ ਵੀ ਮੈਂ ਤੁਹਾਡੇ ਲਈ ਅਲੱਗ ਤੋਂ ਇੱਕ ਪਾਠ ਜ਼ਰੂਰ ਬਣਾਵਾਂਗੀ, ਠੀਕ ਹੈ। ਤਾਂ ਚਲੋ ਨੈਕਸਟ ਕੁਸ਼ਚਨ ਦੇਖ ਲੈਂਦੇ ਆਪਣਾ। ਵਟ ਰਿਵਰਸ ਫਲੋਸ ਵਿਦ ਇਨ ਪਠਾਨਕੋਟ ਡਿਸਟ੍ਰਿਕਟ? ਪਠਾਨਕੋਟ ਡਿਸਟ੍ਰਿਕਟ ਜਿਹੜਾ ਹੈਗਾ ਪੰਜਾਬ ਦਾ, ਉਹਦੇ ਵਿੱਚ ਜਿਹੜੀ ਆ ਕਿਹੜੀ ਨਦੀਆਂ ਵਹਿੰਦੀਆਂ ਨੇ, ਠੀਕ ਹੈ। ਕਿਹੜੀ ਕਿਹੜੀਆਂ ਨੇ? ਬਿਆਸ ਅਤੇ ਰਾਵੀ ਨਦੀ, ਨੋਟ ਜ਼ਰੂਰ ਕਰ ਲਿਓ, ਬਿਆਸ ਅਤੇ ਰਾਵੀ ਨਦੀ। ਅਤੇ ਆਪਣੇ ਇੰਡੀਆ ਪੰਜਾਬ ਦੇ ਵਿੱਚ ਹੁਣ 3 ਨਦੀਆਂ ਰਹਿ ਗਈਆਂ ਨੇ, ਪਹਿਲਾਂ 7 ਸੀਗੀਆਂ ਕਿਸੇ ਟਾਈਮ, ਫਿਰ 5 ਸੀਗੀਆਂ, ਅਤੇ ਉਸ ਤੋਂ ਬਾਅਦ ਜਿਹੜੇ 3 ਹੈ ਆਪਣੇ ਇੰਡੀਅਨ ਪੰਜਾਬ 'ਚ ਹੈਗੀਆਂ, 2 ਪਾਕਿਸਤਾਨ ਵਾਲੇ ਪੰਜਾਬ ਦੇ ਵਿੱਚ ਹੈ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਕੁਸ਼ਚਨ, 54th ਕੁਸ਼ਚਨ, ਹਾਓ ਮੱਚ ਆਫ ਟੋਟਲ ਇੰਡੀਅਨ ਪੋਪੂਲੇਸ਼ਨ ਆਰ ਸਿੱਖ ਰਿਲੀਜੀਅਸ? ਜਿਹੜੀ ਕਿ ਮਤਲਬ ਜਿਹੜੀ ਟੋਟਲ ਇੰਡੀਅਨ ਪੋਪੂਲੇਸ਼ਨ ਹੈ, ਟੋਟਲ ਭਾਰਤੀ ਜਨਸੰਖਿਆ ਜਿਹੜੀ ਹੈਗੀ ਆ, ਸਿੱਖਾਂ ਦੀ ਕਿੰਨੀ ਪਰਸੈਂਟੇਜ ਹੈ ਮਤਲਬ, ਠੀਕ ਹੈ। ਤਾਂ ਕਿੰਨੀ ਆ? 57.69%, ਨੋਟ ਜ਼ਰੂਰ ਕਰ ਲਿਓ, 57.69%। ਨੈਕਸਟ ਕੁਸ਼ਚਨ, ਬੈਟਲ ਆਫ ਗੁਰਦਾਸ ਨੰਗਲ ਵਾਸ ਫਾਊਟ ਇਨ ਵਿਚ ਈਅਰ? ਇਹ ਰਿਪੀਟਿਡ ਹੈ, ਕੋਈ ਚੱਕਰ ਨਹੀਂ, ਅਗਰ 1-2 ਵਿੱਚ ਰਿਪੀਟ ਵੀ ਹੋਣਗੇ ਆਪਾਂ ਉੱਥੇ ਜਗ੍ਹਾ ਕੋਈ ਹੋਰ ਕੁਸ਼ਚਨ ਵਧੀਆ ਕਵਰ ਕਰ ਲਾਂਗੇ, ਠੀਕ ਹੈ। ਅਤੇ 1715 ਦੇ ਵਿੱਚ ਹੋਈ ਸੀਗੀ। ਨੈਕਸਟ ਕੁਸ਼ਚਨ, ਆਪਣਾ ਸਟੇਟ ਐਨੀਮਲ ਯਾਨੀ ਕਿ ਜਿਹੜਾ ਰਾਜ ਜਾਨਵਰ ਹੈਗਾ ਵਾ, ਠੀਕ ਹੈ, ਉਹ ਕਿਹੜਾ ਵਾ? ਕਾਲਾ ਹਿਰਨ। ਅਗਲਾ ਕੁਸ਼ਚਨ, ਸ਼ਾਲੀਮਾਰ ਗਾਰਡਨ ਇਜ਼ ਸੀਨ ਐਟ ਵਿਚ ਸਿਟੀ ਆਫ ਪੰਜਾਬ? ਸਭ ਨੂੰ ਪਤਾ ਹੀ ਹੋਏਗਾ ਕਿ ਪੰਜਾਬ ਦੇ ਵਿੱਚ ਸ਼ਾਲੀਮਾਰ ਗਾਰਡਨ ਜਿਹੜਾ ਲੋਕੇਟਿਡ ਕਿੱਥੇ ਹੈਗਾ? ਕਪੂਰਥਲਾ ਵਿਖੇ ਹੈ, ਅਤੇ ਕਾਫੀ ਜ਼ਿਆਦਾ ਇਹ ਫੇਮਸ ਹੈ, ਕਾਫੀ ਦੂਰ ਦੂਰ ਤੋਂ ਲੋਕ ਇੱਥੇ ਆਉਂਦੇ ਨੇ ਇਹਨੂੰ ਵੇਖਣ ਵਾਸਤੇ। ਅਗਰ ਤੁਸੀਂ ਮੇਰਾ ਇੱਕ ਕੋਰਸ ਦੇਖਿਆ ਹੋਊਗਾ ਜਿਹਦੇ ਵਿੱਚ ਮੈਂ 50+ ਮਿੰਟਸ ਦਾ ਬਣਾ ਰੱਖਿਆ, ਉਹਦੇ ਵਿੱਚ ਪੰਜਾਬ ਦੀ ਪੂਰੀ ਡਿਟੇਲਸ ਆਪਾਂ ਪੜ੍ਹੀ ਹੋਈ ਹੈ, ਉਹਦਾ ਵੀ ਹਜੇ ਪਾਰਟ 2 ਜ਼ਰੂਰ ਮੈਂ ਲੈ ਕੇ ਆਵਾਂਗੀ, ਠੀਕ ਹੈ। ਪਾਰਟ 1 ਦੇ ਵਿੱਚ ਤਾਂ ਇੰਨੀ ਜਲਦੀ ਕੰਪਲੀਟ ਨਹੀਂ ਹੋ ਸਕਦਾ, ਬਟ ਉਹਦੇ ਵਿੱਚ ਮੈਂ ਤੁਹਾਨੂੰ ਵਿਦ ਪਿੱਕ ਦਿਖਾ ਰੱਖਿਆ ਵਾ ਸ਼ਾਲੀਮਾਰ ਗਾਰਡਨ ਕਪੂਰਥਲਾ ਦਾ, ਠੀਕ ਹੈ। ਨੈਕਸਟ ਦੇਖੋ, 58th ਕੁਸ਼ਚਨ, ਰਾਈਟਰ ਆਫ ਦੀ ਫੇਮਸ ਪੰਜਾਬੀ ਕਿੱਸਾ ਹੀਰ ਰਾਂਝਾ? ਫੇਮਸ ਪੰਜਾਬੀ ਕਿੱਸਾ ਹੀਰ ਰਾਂਝਾ ਦੇ ਜਿਹੜੇ ਰਾਈਟਰ ਨੇ, ਮਤਲਬ ਕਿਹਨੇ ਇਹਨਾਂ ਨੂੰ ਲਿਖਿਆ ਆ ਹੀਰ ਰਾਂਝਾ ਨੂੰ, ਠੀਕ ਹੈ। ਅਤੇ ਕਿਹੜੇ ਨੇ? ਵਾਰਸ ਸ਼ਾਹ, ਵਾਰਸ ਸ਼ਾਹ ਨੇ ਲਿਖਿਆ। ਨੈਕਸਟ ਕੁਸ਼ਚਨ, ਹਰਿਮੰਦਰ ਸਾਹਿਬ ਇਜ਼ ਅ ਫੇਮਸ ਆਰਕੀਟੈਕਚਰ ਲੋਕੇਟਿਡ ਇਨ ਵਿਚ ਸਿਟੀ? ਤੁਹਾਨੂੰ ਪਤਾ ਹੀ ਹੈ ਗੋਲਡਨ ਟੈਂਪਲ ਬਹੁਤ ਜ਼ਿਆਦਾ ਫੇਮਸ ਹੈ, ਠੀਕ ਹੈ। ਇੱਥੇ ਪੰਜਾਬ ਤੋਂ ਕਿਹਾ, ਹੋਰ ਜਗ੍ਹਾ ਤੋਂ, ਇੰਡੀਆ ਤੋਂ ਕਿਹਾ, ਫੋਰਨਰ ਤੱਕ ਇੱਥੇ ਸਪੈਸ਼ਲ ਮੱਥਾ ਟੇਕਣ ਆਉਂਦੇ ਨੇ, ਦੂਰ ਦੂਰ ਤੋਂ ਮਤਲਬ ਲੋਕ ਇੱਥੇ ਆਉਂਦੇ ਨੇ। ਅਤੇ ਇਹ ਜਿਹੜਾ ਫੇਮਸ ਆਰਕੀਟੈਕਚਰ ਹੈਗਾ ਵਾ, ਕਿਹੜੀ ਜਗ੍ਹਾ 'ਤੇ ਸਥਿਤ ਹੈ? ਤੁਹਾਨੂੰ ਪਤਾ ਹੀ ਹੈ ਅੰਮ੍ਰਿਤਸਰ ਦੇ ਵਿੱਚ ਹੈਗਾ ਵਾ, ਠੀਕ ਹੈ। ਅੰਮ੍ਰਿਤਸਰ ਦੇ ਵਿੱਚ ਹੋਰ ਵੀ ਕਾਫੀ ਜਗ੍ਹਾ ਦੇਖਣ ਵਾਲੇ ਨੇ, ਜਲਿਆ ਵਾਲਾ ਬਾਗ ਹੈ, ਦੁਰਗਿਆਨਾ ਮੰਦਿਰ ਹੈ, ਠੀਕ ਹੈ, ਔਰ ਵਾਹਗਾ ਬਾਰਡਰ ਹੈ, ਅਤੇ ਸਾਰੀ ਚੀਜ਼ਾਂ ਇੰਪੋਰਟੈਂਟ ਨੇ, ਨੋਟ ਨਾਲ ਜ਼ਰੂਰ ਕਰ ਲਿਓ। ਨੈਕਸਟ ਕੁਸ਼ਚਨ, ਹੂ ਇਜ਼ ਦੀ 8th ਸਿੱਖ ਗੁਰੂ? ਸਿੱਖਾਂ ਦੇ 8ਵੇਂ ਗੁਰੂ ਕਿਹੜੇ ਨੇ? ਤਾਂ ਕਿਹੜੇ ਨੇ? ਗੁਰੂ ਹਰ ਕ੍ਰਿਸ਼ਨ ਜੀ, ਠੀਕ ਹੈ। ਅਤੇ ਇਹਨਾਂ ਦਾ ਜਨਮ ਕਦੋਂ ਹੋਇਆ ਸੀਗਾ, ਇਹ ਵੀ ਤੁਹਾਡੇ ਲਈ ਜਾਣਨਾ ਬਹੁਤ ਜ਼ਰੂਰੀ ਹੈ, ਨੋਟ ਕਰ ਲਓ। 7 ਜੁਲਾਈ 1656 ਦੇ ਵਿੱਚ ਕੀਰਤਪੁਰ ਸਾਹਿਬ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ, ਠੀਕ ਹੈ। ਕੀਰਤਪੁਰ ਸਾਹਿਬ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ, ਜਿਹੜੇ ਕਿ ਆਪਣੇ ਸਿੱਖਾਂ ਦੇ 8ਵੇਂ ਗੁਰੂ ਨੇ, ਗੁਰੂ ਹਰਿਕ੍ਰਿਸ਼ਨ ਜੀ। ਔਰ ਸਮਾਲ ਪੋਕਸ ਦੀ ਵਜ੍ਹਾ ਦੇ ਨਾਲ ਇਹਨਾਂ ਦੀ ਦਿੱਲੀ ਦੇ ਵਿੱਚ 30 ਮਾਰਚ 1664 ਦੇ ਵਿੱਚ ਇਹ ਜੋਤੀ ਜੋਤ ਸਮਾ ਗਏ ਸੀਗੇ, ਠੀਕ ਹੈ, ਨੋਟ ਡਾਊਨ ਜ਼ਰੂਰ ਕਰ ਲਿਓ। ਉਸ ਤੋਂ ਬਾਅਦ, ਵੇਅਰ ਇਜ਼ ਦੀ ਬਰਥ ਪਲੇਸ ਆਫ ਗੁਰੂ ਅਰਜਨ ਦੇਵ ਜੀ? ਗੁਰੂ ਅਰਜਨ ਦੇਵ ਜੀ ਜਿਹੜੇ ਆ, ਉਹਨਾਂ ਦਾ ਬਰਥ ਪਲੇਸ ਕਿਹੜਾ ਆ, ਕਿਹੜੀ ਜਗ੍ਹਾ 'ਤੇ ਉਹਨਾਂ ਦਾ ਜਨਮ ਹੋਇਆ ਸੀਗਾ? ਗੁਰੂ ਅਰਜਨ ਦੇਵ ਜੀ ਦਾ ਜਨਮ ਹੋਇਆ ਸੀਗਾ ਤਰਨ ਤਾਰਨ ਡਿਸਟ੍ਰਿਕਟ ਦੇ ਵਿੱਚ, ਠੀਕ ਹੈ। ਅਤੇ ਕਦੋਂ ਹੋਇਆ ਸੀਗਾ ਇਹ ਵੀ ਜਾਣਨਾ ਜ਼ਰੂਰੀ ਆ। 15 ਅਪ੍ਰੈਲ 1563 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ,
ਅਤੇ ਜਦੋਂ ਇਹ ਲਾਹੌਰ ਦੇ ਵਿੱਚ ਸੀਗੇ 1606 ਈਸਵੀ ਦੇ ਵਿੱਚ, ਠੀਕ ਹੈ, 30 ਮਈ 1606 ਈਸਵੀ ਦੇ ਵਿੱਚ ਜਦੋਂ ਇਹ ਲਾਹੌਰ ਦੇ ਵਿੱਚ ਸੀਗੇ, ਇਹਨਾਂ ਦਾ ਇਹ ਜੋਤੀ ਜੋਤ ਸਮਾ ਗਏ ਸੀਗੇ, ਠੀਕ ਹੈ, ਇਹ ਜ਼ਰੂਰ ਨਾਲ ਨਾਲ ਨੋਟ ਕਰ ਲਿਓ। ਉਸ ਤੋਂ ਬਾਅਦ ਨੈਕਸਟ ਕੁਐਸਚਨ, ਬੰਦਾ ਸਿੰਘ ਬਹਾਦੁਰ ਜੀ ਕਦੋਂ ਉਹਨਾਂ ਦੀ ਡੈਥ ਹੋਈ ਸੀ? 1716 ਈਸਵੀ ਦੇ ਵਿੱਚ ਹੋਈ ਸੀ। ਇਹ ਬਹੁਤ ਇੰਪੋਰਟੈਂਟ ਹੈ, ਇਹਨਾਂ ਦੇ ਉੱਪਰ ਵੀ ਮੈਂ ਤੁਹਾਡੇ ਲਈ ਇੱਕ ਇੰਪੋਰਟੈਂਟ ਟੋਪਿਕ ਜ਼ਰੂਰ ਲੈ ਕੇ ਆਵਾਂਗੀ। ਅਤੇ ਇਹਨਾਂ ਦਾ ਜਨਮ ਇਹਨਾਂ ਦਾ ਜਨਮ ਜਿਹੜਾ 1670 ਈਸਵੀ ਦੇ ਵਿੱਚ ਹੋਇਆ ਸੀਗਾ, 27 ਅਕਤੂਬਰ ਨੂੰ, ਠੀਕ ਹੈ, 27 ਅਕਤੂਬਰ 1670 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ। 1716 ਦੇ ਵਿੱਚ 9 ਜੂਨ 1716 ਦੇ ਵਿੱਚ ਬੰਦਾ ਸਿੰਘ ਬਹਾਦੁਰ ਜੀ ਦੀ ਡੈਥ ਹੋ ਗਈ ਸੀ। ਤੁਸੀਂ ਸੁਣਿਆ ਹੋਊਗਾ ਜਦੋਂ ਇਹ ਗੁਰਦਾਸਪੁਰ ਦੇ ਵਿੱਚ ਸੀਗੇ, ਇਹਨਾਂ ਨੂੰ ਘੇਰ ਲਿੱਤਾ ਗਿਆ ਸੀਗਾ, ਫਿਰ ਇਹਨਾਂ ਨੂੰ ਬੰਦੀ ਬਣਾ ਕੇ ਲੈ ਗਏ ਸੀਗੇ, ਦਿੱਲੀ ਲੈ ਗਏ ਸੀਗੇ, ਜੰਜੀਰਾ ਪਾ ਕੇ। ਜਿਹੜੇ ਬਾਕੀ ਸਿੱਖ ਸੀਗੇ ਉਹਨਾਂ ਨੂੰ ਵੀ ਜ਼ਬਰਦਸਤੀ ਮੁਸਲਿਮ ਜਿਹੜਾ ਧਾਰਨ ਕਰਨ ਲਈ ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਮੁਸਲਮਾਨ ਬਣੋ। ਸਾਰਿਆਂ ਨੇ ਮਨਾ ਕਰ ਦਿੱਤਾ। ਉਸ ਤੋਂ ਬਾਅਦ ਕੀ ਸੀਗਾ, ਬੰਦਾ ਸਿੰਘ ਬਹਾਦੁਰ ਜੀ ਦੀਆਂ ਅੱਖਾਂ ਫੋੜ ਦਿੱਤੀਆਂ ਉਹਨਾਂ ਨੂੰ, ਮਤਲਬ ਕਾਫੀ ਬੁਰੀ ਤਰ੍ਹਾਂ ਉਹਨਾਂ ਨੂੰ ਮਾਰਿਆ ਸੀਗਾ ਬੰਦਾ ਸਿੰਘ ਬਹਾਦੁਰ ਜੀ ਨੂੰ। ਇਹਨਾਂ ਦੀ ਵੀ ਆਪਾਂ ਪ੍ਰੋਪਰ ਜਿਹੜੀ ਡਿਟੇਲ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ, ਇੱਕ ਇੱਕ ਟੋਪਿਕ ਸਾਰਿਆਂ 'ਤੇ ਆਪਾਂ ਜ਼ਰੂਰ ਕਵਰ ਕਰਾਂਗੇ ਤਾਂ ਕਿ ਤੁਹਾਨੂੰ ਸਮਝਣ ਦੇ ਵਿੱਚ ਈਜ਼ੀ ਰਹੇਗਾ, ਠੀਕ ਹੈ। ਉਸ ਤੋਂ ਬਾਅਦ ਇਨ ਵਿੱਚ ਈਅਰ ਰਣਜੀਤ ਸਿੰਘ ਜੀ ਡਾਇਡ, ਮਹਾਰਾਜਾ ਰਣਜੀਤ ਸਿੰਘ ਜੀ ਦੀ ਡੈਥ ਕਦੋਂ ਹੋਈ ਸੀਗੀ? ਤਾਂ ਕਦੋਂ ਹੋਈ ਸੀਗੀ? 1839 ਦੇ ਵਿੱਚ। ਇਸ ਕੁਸ਼ਚਨ ਦੇ ਨਾਲ ਰਿਲੇਟਿਡ ਬਹੁਤ ਕੁਸ਼ਚਨ ਨੇ ਜਿਹੜੇ ਕਿ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਜਾਣਨੇ ਔਰ ਬਹੁਤ ਹੀ ਪੁੱਛੇ ਵੀ ਜਾਂਦੇ ਨੇ। ਜਿੱਦਾਂ ਕਿ ਮਹਾਰਾਜਾ ਰਣਜੀਤ ਸਿੰਘ ਜੀ ਕਿਹੜੀ ਮਿਸਲ ਤੋਂ ਬਿਲੋਂਗ ਕਰਦੇ ਸੀਗੇ? ਤਾਂ ਸੁੱਕਰ ਚੱਕਿਆ ਮਿਸਲ ਤੋਂ ਬਿਲੋਂਗ ਕਰਦੇ ਸੀਗੇ। ਇਹ ਵੀ ਜ਼ਰੂਰ ਲਿਖ ਲਿਓ ਨਾਲ, ਮਹਾਰਾਜਾ ਰਣਜੀਤ ਸਿੰਘ ਦੇ ਕਿਸੇ ਵੀ ਕੁਸ਼ਚਨ, ਕੋਈ ਵੀ ਕੁਸ਼ਚਨ ਆਉਂਦਾ ਵਾ, ਸੋ ਇਹ ਚੀਜ਼ ਨਾਲ ਨਾਲ ਤੁਸੀਂ ਜ਼ਰੂਰ ਨੋਟ ਕਰੋ, ਠੀਕ ਹੈ। ਔਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਜਿਹੜਾ 27 ਜੂਨ 1839 ਨੂੰ, ਮਤਲਬ ਇਹਨਾਂ ਦੀ ਡੈਥ ਹੋਈ ਸੀਗੀ, ਠੀਕ ਹੈ, ਮਹਾਰਾਜਾ ਰਣਜੀਤ ਸਿੰਘ ਜੀ ਦੀ 27 ਜੂਨ ਇਹਦੇ ਨਾਲ ਲਿਖ ਲਿਓ, ਠੀਕ ਹੈ। ਕਈ ਵਾਰ ਡੇਟ ਵੀ ਵਿੱਚ ਪੁੱਛੀ ਜਾਂਦੀ ਨਹੀਂ, ਠੀਕ ਹੈ। ਔਰ ਲਾਹੌਰ ਪਾਕਿਸਤਾਨ ਦੇ ਵਿੱਚ ਸੀਗੇ ਇਹ ਜਦੋਂ ਇਹਨਾਂ ਦੀ ਡੈਥ ਹੋ ਗਈ ਸੀਗੀ। ਅਤੇ 1780 ਈਸਵੀ ਦੇ ਵਿੱਚ 13 ਨਵੰਬਰ 1780 ਈਸਵੀ ਦੇ ਵਿੱਚ ਪੰਜਾਬ ਗੁਜਰਾਂਵਾਲਾ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਹੋਇਆ ਸੀਗਾ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ, ਵਿੱਚ ਡਿਸਟ੍ਰਿਕਟ ਇਨ ਪੰਜਾਬ ਹੈਜ਼ ਮੈਕਸੀਮਮ ਪ੍ਰੋਡਕਟੀਵਿਟੀ ਆਫ ਰਾਈਸ? ਆਈ ਥਿੰਕ ਇਹ ਵੀ ਰਿਪੀਟਿਡ ਹੈ, ਚਲੋ ਕੋਈ ਗੱਲ ਨਹੀਂ, ਆਪਾਂ ਇਹਦੀ ਜਗ੍ਹਾ ਹੋਰ ਵੀ ਕਵਰ ਕਰ ਲਾਂਗੇ। ਇਹ ਲਾਸਟ ਟੂ ਲਾਸਟ ਪਾਰਟ ਦੇ ਵਿੱਚ ਆਪਾਂ ਕੀਤਾ ਹੋਇਆ ਵਾ, ਅਤੇ ਕਿ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਪੈਦਾਵਾਰ ਹੈਗੀ ਆ, ਠੀਕ ਹੈ, ਕਿਹੜੇ ਡਿਸਟ੍ਰਿਕਟ ਵਿੱਚ ਹੈਗੀ ਰਾਈਸ ਦੀ, ਚਾਵਲਾਂ ਦੀ ਸਭ ਤੋਂ ਜ਼ਿਆਦਾ ਪੈਦਾਵਾਰ ਪੰਜਾਬ ਦੇ ਵਿੱਚ ਕਿਹੜੀ ਜਗ੍ਹਾ 'ਚ ਹੈ? ਫਤਿਹਗੜ੍ਹ ਸਾਹਿਬ ਦੇ ਵਿੱਚ। ਨੋਟ ਡਾਊਨ ਜ਼ਰੂਰ ਕਰ ਲਿਓ। ਉਸ ਤੋਂ ਬਾਅਦ, ਵਟ ਇਜ਼ ਦੀ ਟੋਟਲ ਏਰੀਆ ਆਫ ਪੰਜਾਬ ਇਨ ਕਿਲੋਮੀਟਰ ਸਕੇਅਰ? ਕਿਲੋਮੀਟਰ ਸਕੇਅਰ ਦੇ ਵਿੱਚ ਅਗਰ ਪੰਜਾਬ ਦਾ ਟੋਟਲ ਏਰੀਆ ਦੇਖਿਆ ਜਾਵੇ ਤਾਂ ਕਿਹੜਾ ਆ? 50,362 ਸਕੇਅਰ ਕਿਲੋਮੀਟਰ। ਇਹ ਜ਼ਰੂਰ ਨੋਟ ਕਰ ਲਿਓ, ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਨਫਿਊਜ਼ ਨਹੀਂ ਹੋਣਾ। ਕਈ ਬੱਚੇ ਕਨਫਿਊਜ਼ ਹੋ ਜਾਂਦੇ ਆ, ਉੱਥੇ ਆਪਸ਼ਨ ਆ ਜਾਂਦੀ ਹੈ ਜੀ 50,362, 50,361, ਜਾਣ ਬੁੱਝ ਕੇ ਇਹੋ ਜਿਹੀ ਆਪਸ਼ਨ ਤੁਹਾਨੂੰ ਆਉਂਦੀਆਂ ਨੇ, ਲੇਕਿਨ ਤੁਸੀਂ ਯਾਦ ਰੱਖਣਾ 50,362 ਸਕੇਅਰ ਕਿਲੋਮੀਟਰ ਜਿਹੜਾ ਹੈਗਾ ਵਾ ਪੰਜਾਬ ਦਾ ਟੋਟਲ ਏਰੀਆ ਵਾ ਕਿਲੋਮੀਟਰ ਸਕੇਅਰ ਦੇ ਵਿੱਚ, ਠੀਕ ਹੈ। ਅਤੇ ਨਾਲ ਨਾਲ ਜ਼ਰੂਰ ਨੋਟ ਕਰ ਲਓ। ਨੈਕਸਟ ਕੁਐਸਚਨ, ਹਾਓ ਮੈਨੀ ਐਡਮਿਨਿਸਟ੍ਰੇਟਿਵ ਡਿਵੀਜ਼ਨਸ ਆਰ ਇਨ ਪੰਜਾਬ? ਪੰਜਾਬ ਦੇ ਵਿੱਚ ਜਿਹੜੀਆਂ ਐਡਮਿਨਿਸਟ੍ਰੇਟਿਵ ਡਿਵੀਜ਼ਨਸ ਹੈਗੀਆਂ ਨੇ ਕਿੰਨੀਆਂ ਨੇ? 5 ਨੇ। ਕਿਹੜੀਆਂ ਕਿਹੜੀਆਂ ਨੇ ਇਹ ਨੋਟ ਡਾਊਨ ਜ਼ਰੂਰ ਕਰ ਲਿਓ। ਸਭ ਤੋਂ ਪਹਿਲਾਂ ਪਟਿਆਲਾ, ਠੀਕ ਹੈ, ਫਿਰੋਜ਼ਪੁਰ, ਦੋ ਹੋ ਗਈਆਂ। ਉਸ ਤੋਂ ਬਾਅਦ ਫਰੀਦਕੋਟ, ਨੋਟ ਡਾਊਨ ਨਾਲ ਨਾਲ ਕਰੀ ਜਾਇਓ, ਇੰਪੋਰਟੈਂਟ ਰਹੇਗਾ। ਉਸ ਤੋਂ ਬਾਅਦ ਰੋਪੜ, ਠੀਕ ਹੈ, ਅਤੇ ਜਲੰਧਰ। 5 ਡਿਵੀਜ਼ਨਸ ਨੇ ਔਰ 5 ਡਿਵੀਜ਼ਨਸ ਦੇ ਅੰਡਰ ਡਿਸਟ੍ਰਿਕਟ ਨੇ ਕਿੰਨੇ? 22, ਠੀਕ ਹੈ, 22 ਡਿਸਟ੍ਰਿਕਟ ਨੇ ਔਰ ਤਹਿਸੀਲਾਂ ਕਿੰਨੀਆਂ ਨੇ? 84, ਠੀਕ ਹੈ, ਇਹ ਨਾਲ ਨਾਲ ਨੋਟ ਕਰ ਲਿਓ। ਉਸ ਤੋਂ ਬਾਅਦ, ਵਟ ਇਜ਼ ਦ ਨੇਮ ਆਫ ਸਟੇਟ ਬਰਡ ਆਫ ਪੰਜਾਬ? ਪੰਜਾਬ ਦਾ ਜਿਹੜਾ ਸਟੇਟ ਬਰਡ ਹੈ, ਯਾਨੀ ਰਾਜ ਪੰਛੀ ਜਿਹੜਾ ਹੈਗਾ, ਉਹਦਾ ਨਾਮ ਕੀ ਹੈ? ਤਾਂ ਉਹ ਹੈਗਾ ਗੁਸ਼ਾਕ ਬਾਜ਼। ਕਈ ਵਾਰ ਆਪਸ਼ਨ ਦੇ ਵਿੱਚ ਗੁਸ਼ਾਕ ਨਹੀਂ ਦਿੱਤਾ ਹੁੰਦਾ, ਬਾਜ਼ ਦਿੱਤਾ ਹੁੰਦਾ, ਸੋ ਦੋਨੋਂ ਨਾਮ ਤੁਹਾਨੂੰ ਪਤਾ ਹੋਣਾ ਚਾਹੀਦੇ, ਗੁਸ਼ਾਕ ਬਾਜ਼ ਸੇਮ ਹੈ, ਠੀਕ ਹੈ। ਉਸ ਤੋਂ ਬਾਅਦ, ਹਾਓ ਮੈਨੀ ਲੋਕ ਸਭਾ ਸੀਟਸ ਆਰ ਇਨ ਪੰਜਾਬ? ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਕਿੰਨੀਆਂ ਸੀਟਾਂ ਨੇ? ਤਾਂ ਕਿੰਨੀਆਂ ਸੀਟਾਂ ਨੇ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ? 13 ਸੀਟਾਂ ਨੇ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ, ਇੰਪੋਰਟੈਂਟ ਕੁਐਸਚਨ, ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, ਬਹੁਤ ਹੀ ਰਿਪੀਟਿਡ ਹੈ ਇਹ, ਕਿ ਪੰਜਾਬ ਦੇ ਫਸਟ ਜਿਹੜੇ ਸਪੀਕਰ ਸੀਗੇ ਵਿਧਾਨ ਸਭਾ ਦੇ, ਕੌਣ ਸੀ?
ਕਪੂਰ ਸਿੰਘ ਜੀ, ਠੀਕ ਹੈ, ਇਹ ਜ਼ਰੂਰ ਨੋਟ ਕਰ ਲਿਓ। ਇੰਪੋਰਟੈਂਟ ਕੁਐਸਚਨ ਹੈਗਾ ਵਾ ਕਿ ਪੰਜਾਬ ਦੇ ਵਿਧਾਨ ਮਤਲਬ ਫਸਟ ਸਪੀਕਰ ਕੌਣ ਸੀਗੇ ਵਿਧਾਨ ਸਭਾ ਦੇ, ਤਾਂ ਕੌਣ ਸੀ? ਕਪੂਰ ਸਿੰਘ ਜੀ, ਠੀਕ ਹੈ, ਇਹ ਇੰਪੋਰਟੈਂਟ ਹੈ, ਇੱਥੇ ਤੁਹਾਨੂੰ ਪੁੱਛਿਆ ਜਾ ਸਕਦਾ ਵਾ ਇਹ, ਸੋ ਨਾਲ ਨਾਲ ਜ਼ਰੂਰ ਨੋਟ ਕਰਦੇ ਰਿਹਾ ਕਰੋ। ਉਸ ਤੋਂ ਬਾਅਦ ਨੈਕਸਟ ਕੁਐਸਚਨ, ਹੂ ਵਾਜ਼ ਦੀ ਫਸਟ CM ਆਫ ਨਿਊ ਪੰਜਾਬ? ਜਦੋਂ ਨਵਾਂ ਪੰਜਾਬ ਬਣਿਆ ਤਾਂ ਉਹਨਾਂ ਦੇ ਫਸਟ CM ਕੌਣ ਸੀਗੇ? ਗਿਆਨੀ ਗੁਰਮੁਖ ਸਿੰਘ ਜੀ। ਔਰ ਇਹ ਵੀ ਲਿਖ ਲਓ, 15 ਜਨਵਰੀ 1899 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ, ਕਿੱਥੇ? ਅਦਵਾਲ ਦੇ ਵਿੱਚ, ਠੀਕ ਹੈ, ਇਹ ਨਾਲ ਨਾਲ ਜ਼ਰੂਰ ਨੋਟ ਕਰ ਲਿਓ, ਇੰਪੋਰਟੈਂਟ ਬਣੇਗਾ ਇੱਥੋਂ। ਔਰ ਇਹ ਕਿਹੜੀ ਪਾਰਟੀ ਤੋਂ ਬਿਲੋਂਗ ਕਰਦੇ ਸੀ, ਇਹ ਵੀ ਜਾਣਨਾ ਜ਼ਰੂਰੀ ਹੈ, INC, ਯਾਨੀ ਕਿ ਇੰਡੀਅਨ ਨੈਸ਼ਨਲ ਕਾਂਗਰਸ। ਸੋ ਇਹਦੀ ਫੁੱਲ ਫੋਰਮ ਪੁੱਛੀ ਜਾ ਸਕਦੀ ਹੈ, ਨੋਟ ਕਰ ਲਿਓ। ਔਰ 18 ਜਨਵਰੀ 1976 ਦੇ ਵਿੱਚ, 18 ਜਨਵਰੀ 1976 ਦੇ ਵਿੱਚ ਇਹ ਦਿੱਲੀ ਦੇ ਵਿੱਚ ਸੀਗੇ ਗਿਆਨੀ ਗੁਰਮੁਖ ਸਿੰਘ ਜੀ, ਜਦੋਂ ਇਹਨਾਂ ਦੀ ਡੈਥ ਹੋ ਗਈ ਸੀਗੀ, ਠੀਕ ਹੈ, ਇਹ ਮੋਸਟਲੀ ਪੁੱਛਿਆ ਜਾਂਦਾ ਹੈ, ਸੋ ਇਹ ਜ਼ਰੂਰ ਨਾਲ ਨਾਲ ਨੋਟ ਕਰਿਓ ਕਿ ਇਹਨਾਂ ਦੀ ਡੈਥ ਜਿਹੜੀ ਆ ਕਦੋਂ ਹੋਈ ਸੀ ਔਰ ਇਹ ਕਿੱਥੇ ਸੀਗੇ ਜਦੋਂ ਇਹਨਾਂ ਦੀ ਡੈਥ ਹੋਈ। ਸੋ ਇਹ ਦਿੱਲੀ ਦੇ ਵਿੱਚ ਸੀਗੇ 18 ਜਨਵਰੀ 1976 ਦੇ ਵਿੱਚ, ਠੀਕ ਹੈ, ਤੋ ਨਾਲ ਨਾਲ ਨੋਟ ਕਰ ਲਿਓ। ਨੈਕਸਟ ਕੁਐਸਚਨ, ਵਟ ਇਜ਼ ਦੀ ਟੋਟਲ ਫੋਰੈਸਟ ਏਰੀਆ ਇਨ ਪੰਜਾਬ? ਪੰਜਾਬ ਦੇ ਵਿੱਚ ਟੋਟਲ ਜਿਹੜਾ ਫੋਰੈਸਟ ਏਰੀਆ ਮਤਲਬ ਜੰਗਲਾਂ ਦਾ ਜਿਹੜਾ ਏਰੀਆ ਨਹੀਂ ਹੁੰਦਾ, ਮਤਲਬ ਉਹ ਕਿੰਨਾ ਹੈਗਾ ਵਾ ਪੰਜਾਬ ਦੇ ਵਿੱਚ ਟੋਟਲ? 6.12%, ਠੀਕ ਹੈ, ਜੇ ਐਜ਼ ਪਰ ਡਿਸਟ੍ਰਿਕਟ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਉੱਪਰ ਜਿਹੜਾ ਨਾਮ ਆਉਂਦਾ ਹੈ ਉਹ ਆਉਂਦਾ ਵਾ ਹੁਸ਼ਿਆਰਪੁਰ ਦਾ। ਹੁਸ਼ਿਆਰਪੁਰ ਨੂੰ ਪਹਿਲੇ ਨੰਬਰ 'ਤੇ ਜਿਹੜਾ ਮੰਨਿਆ ਜਾਂਦਾ ਆ ਕਿਸ ਮਾਮਲੇ 'ਚ? ਫੋਰੈਸਟ ਏਰੀਆ ਦੇ ਮਾਮਲੇ 'ਚ, ਇਹ ਵੀ ਨਾਲ ਨੋਟ ਕਰ ਲਓ, ਠੀਕ ਹੈ। ਤੋਂ ਮਾਫ ਰੱਖੇ, ਐਦੀ ਕੁਸ਼ਚਨ ਆਉਂਦੇ ਨੇ ਕਿ ਪੰਜਾਬ ਆ ਫੋਰੈਸਟ ਏਰੀਆ, ਦੱਸੋ ਕਿੰਨਾ, ਉੱਥੇ ਤੁਹਾਨੂੰ ਪਰਸੈਂਟੇਜ ਦਿੱਤੀ ਜਾਊਗੀ, 6.12% ਆ, ਠੀਕ ਹੈ, ਇਹ ਤੁਹਾਨੂੰ ਪਤਾ ਆ। ਬਟ ਪਹਿਲੇ ਨੰਬਰ 'ਤੇ ਕਿਹਦਾ ਨਾਮ ਆਉਂਦਾ? ਹੁਸ਼ਿਆਰਪੁਰ ਦਾ ਨਾਮ ਆਉਂਦਾ ਵਾ ਫੋਰੈਸਟ ਏਰੀਆ ਦੇ ਮਾਮਲੇ 'ਚ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਅਤੇ ਨੈਕਸਟ ਕੁਸ਼ਚਨ, ਵਿਚ ਸਿਟੀ ਆਫ ਪੰਜਾਬ ਹੈਜ਼ ਹਾਈਐਸਟ ਲਾਰਜੈਸਟ ਪਾਪੂਲੇਸ਼ਨ ਡੈਂਸਿਟੀ? ਪੰਜਾਬ ਦੀ ਕਿਹੜੀ ਜਗ੍ਹਾ ਵਾ ਜਿੱਥੇ ਕਿ ਹਾਈਐਸਟ ਜਾਂ ਲਾਰਜੈਸਟ ਜਿਹੜੀ ਆ ਪਾਪੂਲੇਸ਼ਨ ਡੈਂਸਿਟੀ ਆ? ਪਾਪੂਲੇਸ਼ਨ ਡੈਂਸਿਟੀ ਮਤਲਬ ਜਨਸੰਖਿਆ ਘਣਤਾ, ਠੀਕ ਹੈ, ਡੈਂਸਿਟੀ ਘਣਤਾ ਲਿਖ ਲਵੋ ਨਾਲ, ਠੀਕ ਹੈ, ਜਨਸੰਖਿਆ ਘਣਤਾ ਜਿਹੜੀ ਆ ਕਿਹੜੀ ਸਿਟੀ ਦੀ ਪੰਜਾਬ ਦੀ ਹਾਈਐਸਟ ਜ਼ਿਆਦਾ ਵਾ? ਤਾਂ ਉਹ ਕਿਹਦੇ ਦੀ ਆ? ਲੁਧਿਆਣਾ ਦੀ। ਲੁਧਿਆਣਾ ਦੇ ਵਿੱਚ ਕਾਫੀ ਜ਼ਿਆਦਾ ਪਾਪੂਲੇਸ਼ਨ ਵੀ ਹੈ, ਏਰੀਆ ਵਾਈਜ਼ ਵੀ ਵੱਡਾ ਹੈ, ਬਿਕੋਜ਼ ਇੱਥੇ ਕਾਫੀ ਇੰਡਸਟਰੀਜ਼ ਨੇ, ਇੰਡਸਟਰੀਜ਼ ਨੇ, ਸਾਈਕਲ ਇੰਡਸਟਰੀਜ਼ ਹੈ, ਹੋਰ ਵੀ ਕਾਫੀ ਜ਼ਿਆਦਾ ਮਤਲਬ ਇੰਡਸਟਰੀਜ਼ ਜਿਹੜੀਆਂ ਨੇ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਹੈਗੀਆਂ ਨੇ, ਠੀਕ ਹੈ। ਸੋ ਪੰਜਾਬ ਜਿਹੜਾ ਵਾ, ਲੁਧਿਆਣਾ ਸ਼ਹਿਰ ਜਿਹੜਾ ਪੰਜਾਬ ਦਾ, ਉਹ ਹਾਈਐਸਟ ਪਾਪੂਲੇਸ਼ਨ ਡੈਂਸਿਟੀ ਵੀ ਹੈਗਾ ਵਾ, ਹਾਈਐਸਟ ਏਰੀਆ ਵਾਈਜ਼ ਵੀ ਹੈਗਾ ਵਾ, ਮਤਲਬ ਸਭ ਤੋਂ ਜ਼ਿਆਦਾ ਲਾਰਜੈਸਟ ਪਾਪੂਲੇਸ਼ਨ ਵੀ ਇੱਥੇ ਹੈਗੀ ਆ। ਨੈਕਸਟ ਕੁਸ਼ਚਨ, ਹੂ ਇਜ਼ ਦੀ 10th ਚੀਫ ਮਿਨਿਸਟਰ ਆਫ ਪੰਜਾਬ? ਪੰਜਾਬ ਦੇ ਜਿਹੜੇ 10ਵੇਂ ਚੀਫ ਮਿਨਿਸਟਰ ਨੇ ਉਹਨਾਂ ਦਾ ਕੀ ਨਾਮ ਹੈ? ਅਤੇ ਉਹਨਾਂ ਦਾ ਨਾਮ ਪਤਾ ਹੋਣਾ ਚਾਹੀਦਾ ਤੁਹਾਨੂੰ, ਸਿੰਗਲ ਚੁਟਕੀ ਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ, ਬੇਅੰਤ ਸਿੰਘ ਜੀ, ਠੀਕ ਹੈ, ਬੇਅੰਤ ਸਿੰਘ ਜੀ। ਅਤੇ ਜਿਹੜਾ ਇਹਨਾਂ ਦਾ ਕਾਰਿਆਕਾਲ ਰਿਹਾ ਸੀਗਾ ਚੀਫ ਮਿਨਿਸਟਰ ਦਾ, 1992 ਤੋਂ 1995 ਤੱਕ ਰਿਹਾ ਸੀਗਾ। ਇਹਨਾਂ ਦੇ ਬਾਰੇ ਜੋ ਚੀਜ਼ਾਂ ਜਾਣਨੀ ਜ਼ਰੂਰੀ ਨੇ ਉਹ ਵੀ ਨਾਲ ਮੈਂ ਤੁਹਾਨੂੰ ਦੱਸਾਂਗੀ। 6 ਜਨਵਰੀ 1959 ਦੇ ਵਿੱਚ ਜੈਤੂ ਪੰਜਾਬ ਫਰੀਦਕੋਟ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ, ਠੀਕ ਹੈ, ਫਰੀਦਕੋਟ, ਜ਼ਰੂਰ ਨੋਟ ਕਰ ਲਿਓ ਇਹਨਾਂ ਦਾ ਜਨਮ ਕਦੋਂ ਕਿੱਥੇ ਹੋਇਆ ਸੀਗਾ। ਔਰ 31 ਅਕਤੂਬਰ 1984 ਨੂੰ ਇਹਨਾਂ ਦੀ ਡੈਥ ਹੋ ਗਈ ਸੀ, ਠੀਕ ਹੈ, ਨਾਲ ਨਾਲ ਨੋਟ ਡਾਊਨ ਜ਼ਰੂਰ ਕਰ ਲਿਆ ਕਰੋ। ਜੇ ਮੈਂ ਮੰਨ ਲਓ ਅਗਰ ਬੋਲ ਰਹੀ ਹਾਂ ਅੱਗੇ ਨਿਕਲ ਜਾਂਦੀ ਹੋਊਗੀ ਵੀਡੀਓ, ਠੀਕ ਹੈ, ਤਾਂ ਪਾਊਜ਼ ਕਰਕੇ ਨੋਟ ਡਾਊਨ ਨਾਲ ਨਾਲ ਜ਼ਰੂਰ ਕਰੀ ਜਾਓ, ਠੀਕ ਹੈ, ਤਾਂ ਇਹ ਇੰਪੋਰਟੈਂਟ ਰਹੇਗਾ। ਇਹ ਸੀਗੇ ਪੰਜਾਬ ਦੇ 10ਵੇਂ ਚੀਫ ਮਿਨਿਸਟਰ ਬੇਅੰਤ ਸਿੰਘ ਜੀ, ਜਿਨ੍ਹਾਂ ਦੇ ਕਾਰਕਾਲ ਜਿਹੜਾ ਰਿਹਾ ਸੀਗਾ 1992 ਤੋਂ ਲੈ ਕੇ 1995 ਤੱਕ ਰਿਹਾ ਸੀਗਾ। ਉਸ ਤੋਂ ਬਾਅਦ ਸੈਕਿੰਡ ਚੀਫ ਮਿਨਿਸਟਰ, ਹੁਣ ਪੰਜਾਬ ਦੇ ਜਿਹੜੇ ਦੂਜੇ ਚੀਫ ਮਿਨਿਸਟਰ ਸੀਗੇ ਕੌਣ ਸੀਗੇ? ਭੀਮ ਸੇਨ ਸਚਰ ਜੀ, ਠੀਕ ਹੈ, ਭੀਮ ਸੇਨ ਸਚਰ ਜੀ ਸੀਗੇ। ਅਤੇ ਭੀਮ ਸੇਨ ਸਚਰ ਜੀ ਦਾ ਜਿਹੜੇ ਆ ਇਹ 2 ਵਾਰ CM ਬਣੇ ਸੀਗੇ, ਠੀਕ ਹੈ, 2 ਵਾਰ ਚੀਫ ਮਿਨਿਸਟਰ ਬਣੇ ਸੀਗੇ। ਅਗਰ ਇੱਦਾਂ ਵੀ ਪੁੱਛਿਆ ਸਭ ਕਿਹੜੇ CM ਨੇ ਪੰਜਾਬ ਦੇ ਜਿਹੜੇ 2 ਵਾਰ CM ਉਸ ਟਾਈਮ ਬਣੇ ਸੀਗੇ, ਤਾਂ ਕਿਹੜੇ ਸੀਗੇ? ਭੀਮ ਸੇਨ ਸਚਰ ਜੀ, ਠੀਕ ਹੈ, ਤਾਂ ਇਹ ਨੋਟ ਕਰ ਲਵੋ। ਇਹਨਾਂ ਦਾ ਜਨਮ 1 ਦਸੰਬਰ 1894 'ਚ ਹੋਇਆ ਸੀਗਾ, ਠੀਕ ਹੈ, ਔਰ 18 ਜਨਵਰੀ ਨੂੰ
1978 18 जनवरी, ठीक है, 18 जनवरी 1978 ਦੇ ਵਿੱਚ ਗਨ ਸ਼ਾਟ ਦੇ ਕਰਕੇ, ਮਤਲਬ ਗਨ ਸ਼ਾਟ ਵਾਉਂਡ ਹੋਇਆ ਸੀਗਾ, ਗੋਲੀ ਦੇ ਜ਼ਖਮ ਦੇ ਕਰਕੇ ਮਤਲਬ ਜਿਹੜੀ ਇਹਨਾਂ ਦੀ ਡੈਥ ਹੋ ਗਈ ਸੀਗੀ। ਠੀਕ ਹੈ, ਨੈਕਸਟ ਕੁਐਸਚਨ, ਪੰਜਾਬ ਸੀਟਸ ਇਨ ਲੋਕ ਸਭਾ, ਪੰਜਾਬ ਦੀਆਂ ਲੋਕ ਸਭਾ ਦੇ ਵਿੱਚ ਕਿੰਨੀਆਂ ਸੀਟਾਂ ਨੇ, ਇਹ ਪਤਾ ਹੋਣਾ ਚਾਹੀਦਾ ਕਿੰਨੀਆਂ ਨੇ। 13 ਸੀਟਾਂ, ਠੀਕ ਹੈ, 13 ਸੀਟਾਂ ਨੇ, ਅਤੇ ਵਿਧਾਨ ਸਭਾ ਦੀ ਹੈਗੀਆਂ 117, ਇਹ ਵੀ ਨਾਲ ਨੋਟ ਕਰ ਲਿਓ, ਇੰਪੋਰਟੈਂਟ ਬਣੇਗਾ। ਠੀਕ ਹੈ, ਉਸ ਤੋਂ ਬਾਅਦ ਵੈਨ ਵਾਜ਼ ਪੰਜਾਬ ਇਸਟੈਬਲਿਸ਼ਡ, ਪੰਜਾਬ ਕਦੋਂ ਇਸਟੈਬਲਿਸ਼ ਹੋਇਆ, ਕਦੋਂ ਦੁਬਾਰਾ ਬਣਿਆ, 1 ਨਵੰਬਰ 1966 'ਚ ਬਣਿਆ। ਸੇਮ ਡੇ ਆਪਣੇ ਜਿਹੜੇ ਨੇਬਰ ਸਟੇਟ ਹੈਗੀ ਆ, ਯਾਨੀ ਕਿ ਹਰਿਆਣਾ, 1 ਨਵੰਬਰ 1966 ਨੂੰ ਸੇਮ ਡੇ ਪੰਜਾਬ ਔਰ ਹਰਿਆਣਾ ਬਣਿਆ ਸੀਗਾ। ਠੀਕ ਹੈ, ਉਹ ਦੋਨਾਂ ਦੀ ਕੈਪੀਟਲ ਵੀ ਤੁਹਾਨੂੰ ਪਤਾ ਵਾ, ਸੇਮ ਹੈ ਚੰਡੀਗੜ੍ਹ, ਦੇਖੋ ਕੈਪੀਟਲ ਆਫ ਪੰਜਾਬ ਦੀ ਚੰਡੀਗੜ੍ਹ ਹੈ। ਠੀਕ ਹੈ, ਸੋ ਹਰਿਆਣਾ ਦੀ ਵੀ ਚੰਡੀਗੜ੍ਹ ਹੈ, ਔਰ ਚੰਡੀਗੜ੍ਹ ਜਿਹੜੀ ਹੈ ਇੱਕ ਯੂਨੀਅਨ ਟੈਰੇਟਰੀ ਹੈ। ਠੀਕ ਹੈ, ਯੂਟੀ ਯਾਨੀ ਯੂਨੀਅਨ ਟੈਰੇਟਰੀ ਹੈ। ਯੂਨੀਅਨ ਟੈਰੇਟਰੀ ਕੀ ਹੁੰਦੀ, ਮੈਂ ਤੁਹਾਨੂੰ ਪਹਿਲਾਂ ਵੀ ਇੱਕ ਜੀਕੇ ਦਾ ਦੱਸਿਆ ਸੀਗਾ, ਉਹਦੇ ਵਿੱਚ ਮੈਂ ਤੁਹਾਨੂੰ ਥੋੜ੍ਹਾ ਐਕਸਪਲੇਨ ਕੀਤਾ ਸੀ, ਜਿਹਨੂੰ ਕਿ ਗਵਰਨਰ ਕੰਟਰੋਲ ਕਰਦਾ ਹੈ। ਠੀਕ ਹੈ, ਯੂਨੀਅਨ ਟੈਰੇਟਰੀ ਹੁੰਦੀ ਆ ਜਿਹਨੂੰ ਕੌਣ ਕੰਟਰੋਲ ਕਰਦਾ ਆ, ਗਵਰਨਰ ਕੰਟਰੋਲ ਕਰਦਾ ਆ। ਠੀਕ ਹੈ, ਇਹ ਨਾਲ ਨਾਲ ਜ਼ਰੂਰ ਨੋਟ ਕਰਿਆ ਕਰੋ। ਉਸ ਤੋਂ ਬਾਅਦ ਹੂ ਇਜ਼ ਦੀ ਗਵਰਨਰ ਆਫ ਪੰਜਾਬ, ਪੰਜਾਬ ਦੇ ਜਿਹੜੇ ਗਵਰਨਰ ਸੀਗੇ ਕੌਣ, ਵੀ ਪੀ ਸਿੰਘ ਬਦਨੌਰ ਜੀ। ਠੀਕ ਹੈ, ਇਹਨਾਂ ਦਾ ਜਨਮ 12 ਮਈ 1948 'ਚ ਹੋਇਆ ਸੀਗਾ। ਕਿਹਨਾਂ ਦਾ, ਵੀ ਪੀ ਸਿੰਘ ਬਦਨੌਰ ਜੀ ਦਾ ਜਨਮ 12 ਮਈ 1948 ਦੇ ਵਿੱਚ ਹੋਇਆ ਸੀਗਾ, ਔਰ ਇਹ ਬੀ ਜੇ ਪੀ ਪਾਰਟੀ ਦੇ ਸੀਗੇ, ਇਹ ਵੀ ਨੋਟ ਕਰਿਓ, ਬੀ ਜੇ ਪੀ ਪਾਰਟੀ ਦੇ ਸੀ, 70 ਸਾਲ ਦੇ ਸੀਗੇ ਇਹ, 70 ਸਾਲਾਂ ਦੇ ਸੀਗੇ। ਠੀਕ ਹੈ, ਉਦੋਂ ਜਦੋਂ ਇਹਨਾਂ ਦੀ ਡੈਥ ਹੋ ਗਈ ਸੀ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਕੁਐਸਚਨ, ਵਿਚ ਸਟੇਟ ਇਜ਼ ਨੌਰਥ ਆਫ ਪੰਜਾਬ, ਕਿਹੜਾ ਸਟੇਟ ਹੈ, ਕਿਹੜਾ ਰਾਜ ਹੈ ਜਿਹੜਾ ਪੰਜਾਬ ਦੇ ਉੱਤਰ ਦੇ ਵਿੱਚ ਹੈਗਾ ਵਾ, ਨੌਰਥ ਦੇ ਵਿੱਚ ਹੈਗਾ, ਕਿਹੜਾ ਵਾ, ਜੰਮੂ ਐਂਡ ਕਸ਼ਮੀਰ। ਅਤੇ ਯਾਦ ਰੱਖਿਓ ਜਿਹੜਾ ਕਿਹੜਾ ਸਟੇਟ ਹੈਗਾ ਵਾ ਜਿਹੜਾ ਆਪਣੇ ਪੰਜਾਬ ਦੇ ਨੌਰਥ ਦੇ ਵਿੱਚ ਪੈਂਦਾ ਆ, ਉੱਤਰ ਦੇ ਵਿੱਚ ਪੈਂਦਾ ਹੈ, ਕਿਹੜਾ ਹੈਗਾ, ਜੰਮੂ ਕਸ਼ਮੀਰ। ਉਸ ਤੋਂ ਬਾਅਦ ਨੈਕਸਟ ਕੁਐਸਚਨ, ਹੂ ਵਾਜ਼ ਦੀ ਫਾਊਂਡਰ ਆਫ ਸਿੱਖੀਜ਼ਮ, ਸਿੱਖੀਜ਼ਮ ਦੇ ਫਾਊਂਡਰ ਗੁਰੂ ਨਾਨਕ ਦੇਵ ਜੀ, ਤੁਹਾਨੂੰ ਮੈਂ ਦੱਸਿਆ ਸੀਗਾ 1469 ਤੋਂ ਲੈ ਕੇ 1539 ਤੱਕ ਇਹਨਾਂ ਦਾ ਘਰ ਚੱਲ ਰਿਹਾ ਸੀਗਾ, ਟਾਈਮ ਪੀਰੀਅਡ ਰਿਹਾ ਸੀ। ਠੀਕ ਹੈ, ਉਸ ਤੋਂ ਬਾਅਦ 81ਵਾਂ ਕੁਐਸਚਨ, ਇਹ ਬਹੁਤ ਇੰਪੋਰਟੈਂਟ ਹੈ, ਇੰਨਾ ਜ਼ਿਆਦਾ ਰਿਪੀਟਿਡ ਕੁਐਸਚਨ ਹੈਗਾ, ਸਿੰਪਲ ਜਿਹਾ, ਖਾਸ ਤੌਰ 'ਤੇ ਜਿਹੜੇ ਪੰਜਾਬ ਤੋਂ ਸਾਰੇ ਬੱਚੇ ਜਿਹੜੇ ਹੈਗੇ ਉਹਨਾਂ ਨੂੰ ਪਤਾ ਹੀ ਹੋਏਗਾ। ਠੀਕ ਹੈ, 10th ਸਿੱਖ ਗੁਰੂ ਕਿਹੜੇ ਨੇ, ਹੂ ਵਾਜ਼ ਦੀ 10th ਸਿੱਖ ਗੁਰੂ ਐਂਡ ਦੀ ਫਾਊਂਡਰ ਆਫ ਖਾਲਸਾ, ਸਿੱਖਾਂ ਦੇ 10ਵੇਂ ਗੁਰੂ ਕਿਹੜੇ ਨੇ ਅਤੇ ਜਿਨ੍ਹਾਂ ਨੇ ਖਾਲਸਾ ਨੂੰ ਵਸਾਇਆ ਸੀਗਾ, ਕਿਹੜੇ ਨੇ, ਗੁਰੂ ਗੋਬਿੰਦ ਸਿੰਘ ਜੀ। ਠੀਕ ਹੈ, ਜ਼ਰੂਰ ਨੋਟ ਕਰ ਲਿਓ, ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ ਸੀਗਾ, ਪਟਨਾ ਦੇ ਵਿੱਚ ਹੋਇਆ ਸੀਗਾ, 1666 ਦੇ ਵਿੱਚ ਹੋਇਆ ਸੀਗਾ, 5 ਜਨਵਰੀ 1666 ਦੇ ਵਿੱਚ ਹੋਇਆ ਸੀਗਾ ਪਟਨਾ ਦੇ ਵਿੱਚ। ਠੀਕ ਹੈ, ਔਰ ਜੋਤੀ ਜੋਤ ਸਮਾ ਗਏ ਸੀਗੇ ਗੁਰੂ ਗੋਬਿੰਦ ਸਿੰਘ ਜੀ 7 ਅਕਤੂਬਰ 1708 ਦੇ ਵਿੱਚ, ਜਦੋਂ ਨੰਦੇੜ ਦੇ ਵਿੱਚ ਸੀਗੇ, ਹਜੂਰ ਸਾਹਿਬ ਨੰਦੇੜ, ਨੰਦੇੜ ਯਾਨੀ ਮਹਾਰਾਸ਼ਟਰ, ਕਾਫੀ ਲੋਕ ਹਰ ਸਾਲ ਉੱਥੇ ਜਾਂਦੇ ਨੇ। ਠੀਕ ਹੈ, ਅਤੇ ਜ਼ਰੂਰ ਨੋਟ ਕਰ ਲਿਓ। ਉਸ ਤੋਂ ਬਾਅਦ ਇਹ ਬਹੁਤ ਇੰਪੋਰਟੈਂਟ ਹੈ ਵੀ, ਇੰਨਾ ਕਿ ਜ਼ਿਆਦਾ ਰਿਪੀਟਿਡ ਕੁਐਸਚਨ ਹੈ ਨਾ ਇਹ, ਤੁਸੀਂ ਮੰਨ ਹੀ ਨਹੀਂ ਸਕਦੇ, ਹਰ ਕੁਐਸਚਨ ਹਰ ਇਗਜ਼ਾਮ ਦੇ ਵਿੱਚ ਆਉਂਦਾ ਹੀ ਆਉਂਦਾ ਇਹ ਕੁਐਸਚਨ। ਤਾਂ ਕੀ ਹੈ, ਦੀ ਫਸਟ ਪੰਜਾਬੀ ਫਿਲਮ ਵਾਜ਼ ਮੇਡ ਇਨ, ਜਿਹੜੀ ਪਹਿਲੀ ਪੰਜਾਬੀ ਫਿਲਮ ਹੈ, ਠੀਕ ਹੈ, ਉਹ ਕਦੋਂ ਬਣੀ ਸੀ, ਕਦੋਂ ਬਣੀ ਸੀ, 1935 ਦੇ ਵਿੱਚ ਬਣੀ ਸੀ, ਅਤੇ ਉਸ ਮੂਵੀ ਦਾ ਨਾਮ ਸੀਗਾ, ਪਹਿਲਾਂ ਉਹਦਾ ਨਾਮ ਸ਼ੀਲਾ ਸੀਗਾ, ਉਸ ਤੋਂ ਬਾਅਦ ਰੱਖ ਦਿੱਤਾ ਗਿਆ ਪਿੰਡ ਦੀ ਕੁੜੀ, ਨੋਟ ਕਰ ਲਓ। ਠੀਕ ਹੈ, 1935 ਦੇ ਵਿੱਚ ਪੰਜਾਬੀ ਪਹਿਲੀ ਫਿਲਮ ਆਈ ਸੀ, ਜਿਹਦਾ ਨਾਮ ਪਹਿਲਾਂ ਸ਼ੀਲਾ ਸੀ, ਦੈਨ ਰੱਖ ਦਿੱਤਾ ਗਿਆ ਪਿੰਡ ਦੀ ਕੁੜੀ। ਠੀਕ ਹੈ, ਉਸ ਤੋਂ ਬਾਅਦ ਜਿਹੜੀ ਇਹ ਮੂਵੀ ਹੈਗੀ ਆ, ਮੈਂ ਤੁਹਾਨੂੰ ਦੱਸ ਦਿੰਦੀ, ਪਹਿਲਾਂ ਇਹ ਮੂਵੀ ਜਿਹੜੀ ਹੋਈ ਸੀ ਵੈਸੇ ਕੋਲਕਾਤਾ ਦੇ ਵਿੱਚ ਬਣੀ ਸੀਗੀ। ਠੀਕ ਹੈ, ਸ਼ੀਲਾ ਜਾਂ ਪਿੰਡ ਦੀ ਕੁੜੀ ਜਿਹੜੀ ਵੀ ਮੂਵੀ ਹੈ, ਠੀਕ ਹੈ, ਇਹ ਕੋਲਕਾਤਾ ਦੇ ਵਿੱਚ ਬਣੀ ਸੀਗੀ ਅਤੇ ਰਿਲੀਜ਼ ਹੋਈ ਸੀਗੀ ਲਾਹੌਰ ਦੇ ਵਿੱਚ ਉਸ ਟਾਈਮ ਇਹ ਬਣੀ ਉੱਥੇ ਜਿਹੜੀ ਹੈ ਲਾਹੌਰ ਦੇ ਵਿੱਚ ਰਿਲੀਜ਼ ਕੀਤੀ ਗਈ ਸੀ। ਕਿਹਦੇ ਦੁਆਰਾ ਕੀਤੀ ਗਈ ਸੀ ਇਹ ਵੀ ਲਿਖ ਲਵੋ, KD ਮਹਿਰਾ। ਠੀਕ ਹੈ, KD ਮਹਿਰਾ ਦੇ ਦੁਆਰਾ, ਪੰਜਾਬੀ 'ਚ ਵੀ ਮੈਂ ਤੁਹਾਨੂੰ ਦੱਸ ਦਿੰਦੀ, ਮਹਿਰਾ ਦੇ ਦੁਆਰਾ ਇਹ ਕੀ ਹੈ ਰਿਲੀਜ਼ ਕੀਤੀ ਗਈ ਸੀ।
ਠੀਕ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ, ਦੀ ਮੈਂਬਰ ਆਫ ਰਾਜ ਸਭਾ ਸੀਟਸ ਇਨ ਪੰਜਾਬ, ਪੰਜਾਬ ਦੇ ਵਿੱਚ ਰਾਜ ਸਭਾ ਦੀਆਂ ਕਿੰਨੀਆਂ ਸੀਟਾਂ ਨੇ? 7 ਸੀਟਾਂ ਨੇ। ਪਹਿਲਾਂ ਉੱਪਰ ਮੈਂ ਤੁਹਾਨੂੰ ਲੋਕ ਸਭਾ ਦੀ ਦੱਸੀਆਂ, ਠੀਕ ਹੈ, ਰਾਜ ਸਭਾ ਦੇ ਨੇ, ਅਤੇ 117 ਜਿਹੜੀਆਂ ਨੇ ਉਹ ਵਿਧਾਨ ਸਭਾ ਦੀਆਂ ਸੀਟਾਂ ਨੇ। ਠੀਕ ਹੈ, ਬਸ 3 ਸੀਟਾਂ ਹੀ ਜਿਹੜੀਆਂ ਵਾ ਮੋਸਟਲੀ ਇਹੀ ਆਉਂਦੀਆਂ ਵਾ, ਇਹੀ ਪੁੱਛੀ ਜਾਂਦੀਆਂ ਵਾ, ਅਤੇ ਇਹ ਜਿਹੜੀਆਂ ਵਾ ਤੁਸੀਂ ਨਾਲ ਨਾਲ ਨੋਟ ਡਾਊਨ ਜ਼ਰੂਰ ਕਰੋ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਕੁਐਸਚਨ, ਵਿਚ ਸਿਟੀ ਨੋਨ ਐਜ ਸਟੀਲ ਸਿਟੀ ਆਫ ਪੰਜਾਬ, ਪੰਜਾਬ ਦੇ ਵਿੱਚ ਕਿਹੜੀ ਸਟੇਟ ਹੈਗੀ ਆ ਜਿਹਨੂੰ ਸਟੀਲ ਸਿਟੀ ਆਫ ਪੰਜਾਬ ਕਿਹਾ ਜਾਂਦਾ ਹੈ? ਤਾਂ ਕਿਹੜੀ ਆ ਉਹ? ਮੰਡੀ, ਗੋਬਿੰਦਗੜ੍ਹ, ਕਿਉਂਕਿ ਇੱਥੇ ਲੋਹਾ ਮਾਰਕੀਟ ਬਹੁਤ ਜ਼ਿਆਦਾ ਵਾ। ਠੀਕ ਹੈ, ਸੋ ਇਸ ਕਰਕੇ ਮੰਡੀ ਗੋਬਿੰਦਗੜ੍ਹ ਨੂੰ ਪੰਜਾਬ ਦੀ ਸਟੀਲ ਸਿਟੀ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਠੀਕ ਹੈ, ਨੋਟ ਕਰੀ ਜਾਇਓ ਨਾਲ ਨਾਲ, ਇੱਦਾਂ ਨਾ ਹੋਵੇ ਕੋਈ ਕੁਐਸਚਨ ਰਹਿ ਜਾਵੇ ਨੋਟ ਕਰਨ ਵਾਸਤੇ। ਉਸ ਤੋਂ ਬਾਅਦ ਚਿੱਟਾ ਲਹੂ ਇਜ਼ ਰਿਟਨ ਬਾਏ, ਚਿੱਟਾ ਲਹੂ ਇੱਕ ਬੁੱਕ ਹੈ, ਕਿਹਦੇ ਦੁਆਰਾ ਲਿਖੀ ਗਈ ਸੀ? ਨਾਨਕ ਸਿੰਘ ਜੀ ਦੇ ਦੁਆਰਾ ਲਿਖੀ ਗਈ ਸੀਗੀ। ਠੀਕ ਹੈ, ਅਤੇ ਨਾਨਕ ਸਿੰਘ ਜੀ ਜਿਹੜੇ ਆ ਇਹਨਾਂ ਦੇ ਦੁਆਰਾ ਲਿਖੀ ਗਈ ਸੀ ਇਹ ਬੁੱਕ, ਕਿਹੜੀ? ਚਿੱਟਾ ਲਹੂ, ਇਹ ਜ਼ਰੂਰ ਨੋਟ ਕਰਿਓ। ਔਰ 4 ਜੁਲਾਈ 1897 'ਚ ਨੋਟ ਕਰ ਲਓ, 4 ਜੁਲਾਈ 1897 'ਚ ਨਾਨਕ ਸਿੰਘ ਜੀ ਦਾ ਜਨਮ ਹੋਇਆ ਸੀਗਾ। ਠੀਕ ਹੈ, ਇਹ ਇੰਪੋਰਟੈਂਟ ਹੈ ਜਾਣਨਾ। ਉਸ ਤੋਂ ਬਾਅਦ 28 ਦਸੰਬਰ 1971 ਦੇ ਵਿੱਚ, 28 ਦਸੰਬਰ 1971 ਦੇ ਵਿੱਚ ਇਹਨਾਂ ਦੀ ਡੈਥ ਹੋਈ ਸੀਗੀ। ਠੀਕ ਹੈ, ਨਾਨਕ ਸਿੰਘ ਜੀ ਦੀ। ਉਸ ਤੋਂ ਬਾਅਦ 86ਵਾਂ ਕੁਐਸਚਨ, ਵੇਅਰ ਇਜ਼ ਦੀ ਛੱਤਬੀੜ ਜ਼ੂਲੋਜੀਕਲ ਪਾਰਕ? ਇੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਇੱਕ ਵਾਰ ਪਹਿਲਾਂ ਵੀ ਕਿ ਇਹ ਕੁਐਸਚਨ ਘੁਮਾ ਕੇ ਆਉਂਦਾ ਵਾ, ਛੱਤਬੀੜ ਜ਼ੂਲੋਜੀਕਲ ਪਾਰਕ ਕਿੱਥੇ ਆ? ਜਾਂ ਮਹਿੰਦਰਾ, ਲਿਖ ਲਓ ਨਾਲ ਨਾਲ, ਮਹਿੰਦਰਾ ਜ਼ੂਲੋਜੀਕਲ ਪਾਰਕ ਲੋਕੇਟਿਡ ਇਨ ਪੰਜਾਬ ਵਿੱਚ ਸਿਟੀ? ਠੀਕ ਹੈ, ਤਾਂ ਦੋਨਾਂ ਦਾ ਆਂਸਰ ਸੇਮ ਹੈ। ਠੀਕ ਹੈ, ਛੱਤਬੀੜ ਜ਼ੂ ਦੇ ਨਾਮ ਤੋਂ ਫੇਮਸ ਹੈ ਇਹ, ਲੇਕਿਨ ਇਹਦਾ ਨਾਮ ਐਕਚੁਅਲ 'ਚ ਹੈਗਾ ਵਾ ਮਹਿੰਦਰਾ ਜ਼ੂਲੋਜੀਕਲ ਪਾਰਕ। ਠੀਕ ਹੈ, ਉਸ ਤੋਂ ਬਾਅਦ ਟਾਊਨ ਆਫ ਤਰਨ ਤਾਰਨ ਵਾਜ ਫਾਊਂਡਿਡ ਬਾਏ, ਜਿਹੜੀ ਤਰਨ ਤਾਰਨ ਦੀ ਟਾਊਨ ਹੈ, ਤਰਨ ਤਾਰਨ ਸਿਟੀ ਹੈ, ਉਹ ਕਿਹਨਾਂ ਦੇ ਦੁਆਰਾ ਵਸਾਈ ਗਈ ਸੀ? ਗੁਰੂ ਅਰਜਨ ਦੇਵ ਜੀ ਦੇ ਦੁਆਰਾ ਵਸਾਈ ਗਈ ਸੀਗੀ। ਠੀਕ ਹੈ, ਔਰ ਗੁਰੂ ਅਰਜਨ ਦੇਵ ਜੀ ਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ, 1563, ਠੀਕ ਹੈ, ਉਦੋਂ ਇਹਨਾਂ ਦਾ ਜਨਮ ਹੋਇਆ ਸੀਗਾ। 1606 ਈਸਵੀ ਦੇ ਵਿੱਚ, ਯਾਨੀ ਕਿ 30 ਮਈ 1606 ਈਸਵੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਜਦੋਂ ਲਾਹੌਰ ਦੇ ਵਿੱਚ ਸੀਗੇ, ਉਦੋਂ ਜੋਤੀ ਜੋਤ ਸਮਾ ਗਏ ਸੀਗੇ। ਠੀਕ ਹੈ, ਅਤੇ ਗੁਰੂ ਅਰਜਨ ਦੇਵ ਜੀ ਨੇ ਨਾਲ ਰਿਲੇਟਿਡ ਕਾਫੀ ਸਟੋਰੀਜ਼ ਨੇ, ਵਿੱਚ ਗੁਰੂ ਰੋਟ ਆਦਿ ਗ੍ਰੰਥ, ਕਿਹੜੇ ਗੁਰੂ ਜੀ ਦੇ ਦੁਆਰਾ ਆਦਿ ਗ੍ਰੰਥ ਲਿਖਿਆ ਗਿਆ? ਇਹਦਾ ਵੀ ਸੇਮ ਆਂਸਰ ਹੈ, ਗੁਰੂ ਅਰਜਨ ਦੇਵ ਜੀ। ਠੀਕ ਹੈ, ਨੋਟ ਡਾਊਨ ਜ਼ਰੂਰ ਕਰਿਆ ਕਰੋ ਨਾਲ ਨਾਲ ਕਿ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਆਦਿ ਗ੍ਰੰਥ ਲਿਖਿਆ ਗਿਆ, ਔਰ ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨ ਸਿਟੀ ਜਿਹੜੀ ਆ, ਤਰਨ ਤਾਰਨ ਜਿਹੜੀ ਟਾਊਨ ਹੈ, ਉਹਨੂੰ ਵਸਾਇਆ ਸੀਗਾ। ਠੀਕ ਹੈ, ਨੈਕਸਟ ਕੁਐਸਚਨ, 89th, ਹੋਲਾ ਮੁਹੱਲਾ ਫੇਅਰ ਸੈਲੀਬ੍ਰੇਟਿਡ ਐਟ, ਹੋਲਾ ਮੁਹੱਲਾ ਜਿਹੜਾ ਹੈਗਾ ਵਾ ਪੰਜਾਬ ਦਾ ਮੇਲਾ, ਉਹ ਕਿੱਥੋਂ ਦਾ ਫੇਮਸ ਹੈ, ਕਿੱਥੇ ਸੈਲੀਬ੍ਰੇਟ ਕੀਤਾ ਜਾਂਦਾ ਵਾ? ਅਨੰਦਪੁਰ ਸਾਹਿਬ, ਸਭ ਨੂੰ ਪਤਾ ਹੋਊਗਾ, ਕਾਫੀ ਦੂਰ ਦੂਰ ਤੋਂ ਇੱਥੇ ਲੋਕ ਆਉਂਦੇ ਨੇ ਜਿਹੜੇ ਹੋਲਾ ਮੁਹੱਲਾ ਦੇ ਵਾਸਤੇ ਹੋਲੀ ਦੇ ਟਾਈਮ। ਠੀਕ ਹੈ, ਅਨੰਦਪੁਰ ਸਾਹਿਬ ਵਿਖੇ ਕਿਤੇ ਆਉਂਦਾ, ਕਾਫੀ ਜ਼ਿਆਦਾ ਉਸ ਟਾਈਮ ਇੱਥੇ ਭੀੜ ਰਹਿੰਦੀ, ਕਾਫੀ ਦੂਰ ਦੂਰ ਤੋਂ ਲੋਕ ਆਉਂਦੇ ਨੇ, ਜਿਵੇਂ ਦੀਵਾਲੀ ਦੇ ਟਾਈਮ ਗੋਲਡਨ ਟੈਂਪਲ 'ਚ ਕਾਫੀ ਭੀੜ ਹੁੰਦੀ ਆ, ਇੱਦਾਂ ਹੀ ਹੋਲੀ ਦੇ ਟਾਈਮ ਜਿਹੜੇ ਆ ਹੋਲਾ ਮੁਹੱਲਾ ਸੈਲੀਬ੍ਰੇਟ ਕੀਤਾ ਜਾਂਦਾ ਵਾ ਅਨੰਦਪੁਰ ਸਾਹਿਬ ਵਿਖੇ, ਜਿੱਥੇ ਕਿ ਸਾਰੇ ਲੋਕ ਇਕੱਠੇ ਹੁੰਦੇ ਨੇ। ਇੱਥੇ ANA ਤੋਂ ਬਾਅਦ ਐਂਡ ਪਾ ਲਿਓ, ਮੇਰੇ ਕੋਲ ਮਿਸਪਲੇਸ ਹੋਇਆ ਇੱਥੇ। ਠੀਕ ਹੈ, ANAN ਪਾ ਲਿਓ, ਇਹ ਅਨੰਦਪੁਰ ਸਾਹਿਬ। ਠੀਕ ਹੈ, ਨਾਲ ਨਾਲ ਜ਼ਰੂਰ ਨੋਟ ਕਰਿਆ ਕਰੋ। ਉਸ ਤੋਂ ਬਾਅਦ ਨੈਕਸਟ ਕੁਐਸਚਨ, ਪੰਜਾਬੀ ਸਾਹਿਤ ਅਕੈਡਮੀ ਸਟੂਟਿਡ ਐਟ, ਜਿਹੜੀ ਪੰਜਾਬੀ ਸਾਹਿਤ ਅਕੈਡਮੀ ਹੈਗੀ ਆ ਕਿੱਥੇ ਹੈਗੀ ਆ? ਨਿਊ ਦਿੱਲੀ ਦੇ ਵਿੱਚ ਹੈਗੀ ਆ, ਲਿਖ ਲਵੋ, ਪੰਜਾਬੀ ਸਾਹਿਤ ਅਕੈਡਮੀ ਲੋਕੇਟਿਡ ਐਟ ਨਿਊ ਦਿੱਲੀ, ਇਹ ਨਾਲ ਨਾਲ ਲਿਖੀ ਚੱਲੋ, ਅਤੇ ਤੁਹਾਡੀ ਜਿਹੜੀ ਕਿ ਇਹ ਇੰਪੋਰਟੈਂਟ ਨੇ। ਠੀਕ ਹੈ, ਨਾਲ ਨਾਲ ਲਿਖਿਆ ਕਰੋ ਇਹਨਾਂ ਨੂੰ। ਉਸ ਤੋਂ ਬਾਅਦ ਨੈਕਸਟ ਕੁਐਸਚਨ, 91 ਕੁਐਸਚਨ, ਫੈਸਟੀਵਲ ਆਫ ਬਸੰਤ ਪੰਚਮੀ ਸੈਲੀਬ੍ਰੇਟਿਡ ਇਨ ਵਿਚ ਮੰਥ, ਬਸੰਤ ਪੰਚਮੀ ਜਿਹੜਾ ਵਾ ਉਹ ਕਿਹੜੇ ਮਹੀਨੇ ਸੈਲੀਬ੍ਰੇਟ ਕੀਤਾ ਜਾਂਦਾ? ਵੈਸੇ ਤਾਂ ਫਰਵਰੀ ਦੇ ਨੀਅਰ ਅਬਾਊਟ ਆਉਂਦਾ ਵਾ ਬਸੰਤ ਪੰਚਮੀ, ਬਟ ਇੱਕ ਜਿੱਦਾਂ ਜਿਹੜਾ ਮੰਥ ਹੁੰਦਾ ਵਾ ਉਹ ਕਿਹੜਾ ਵਾ? ਮਾਘ ਦੇ ਮਹੀਨੇ, ਮਾਘ ਦੇ ਮਹੀਨੇ ਜਿਹੜਾ ਵਾ ਬਸੰਤ ਪੰਚਮੀ ਸੈਲੀਬ੍ਰੇਟ ਕੀਤਾ ਜਾਂਦਾ। ਇਸ ਦਿਨ ਲੋਕ ਯੈਲੋ ਕੱਪੜੇ ਵੀ ਪਾਉਂਦੇ ਨੇ,
ਹੁਣ ਥੋੜ੍ਹਾ ਘੱਟ ਗਿਆ ਬਟ ਲਾਈਕ ਪਾਉਂਦੇ ਹੀ ਨੇ, ਜਿਹਨੇ ਸੈਲੀਬ੍ਰੇਟ ਕਰਦੇ ਨੇ ਯੈਲੋ ਕੱਪੜੇ ਪਾਉਂਦੇ ਨੇ, ਯੈਲੋ ਕਾਈਟਸ ਉਡਾਉਂਦੇ ਨੇ, ਯੈਲੋ ਪਤੰਗ ਉਡਾਉਂਦੇ ਨੇ, ਠੀਕ ਹੈ? ਤਾਂ ਨੋਟ ਕਰ ਲਿਓ, ਮਾਘ ਦੇ ਮਹੀਨੇ ਬਸੰਤ ਪੰਚਮੀ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਵਾ। ਨੈਕਸਟ ਕੁਸ਼ਚਨ 92, ਹੂ ਇਜ਼ ਦੀ ਫਸਟ ਪੰਜਾਬੀ ਨਾਵਲਿਸਟ ਟੂ ਗੈਟ ਜਨਨਪੀਠ ਅਵਾਰਡ? ਪਹਿਲੇ ਪੰਜਾਬੀ ਨਾਵਲਿਸਟ ਸੀਗੇ ਜਿਨ੍ਹਾਂ ਨੂੰ ਜਨਨਪੀਠ ਅਵਾਰਡ ਮਿਲਿਆ ਸੀ, ਕਿਹੜੇ ਸੀਗੇ? ਸਰਦਾਰ ਗੁਰਦਿਆਲ ਸਿੰਘ ਜੀ, ਠੀਕ ਹੈ, ਨੋਟ ਕਰ ਲਿਓ। ਔਰ ਪਦਮ ਸ਼੍ਰੀ ਅਵਾਰਡ ਵੀ ਇਹਨਾਂ ਨੂੰ ਮਿਲਿਆ ਸੀਗਾ, ਪਦਮ ਸ਼੍ਰੀ ਅਵਾਰਡ, ਠੀਕ ਹੈ। ਜਨਨਪੀਠ ਇਹਨਾਂ ਨੂੰ ਫਸਟ ਮਿਲਿਆ ਸੀਗਾ, ਔਰ ਜਨਨ ਔਰ ਪਦਮ ਸ਼੍ਰੀ ਵੀ ਇਹਨਾਂ ਨੂੰ ਮਿਲਿਆ ਸੀਗਾ। ਔਰ 16 ਅਗਸਤ 2016 ਦੇ ਵਿੱਚ ਬਠਿੰਡਾ ਦੇ ਵਿੱਚ ਇਹ ਸੀਗੇ ਜਦੋਂ ਇਹਨਾਂ ਦੀ ਡੈਥ ਹੋ ਗਈ ਸੀ। ਕਿਹਨਾਂ ਦੀ? ਗੁਰਦਿਆਲ ਸਿੰਘ ਜੀ ਦੀ, ਲਿਖ ਲਵੋ। ਔਰ 10 ਜਨਵਰੀ 1933 ਈਸਵੀ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ। ਨੋਟ ਡਾਊਨ ਕਰੀ ਚਲੋ ਨਾਲ ਨਾਲ ਕਿ ਇਹਨਾਂ ਗੁਰਦਿਆਲ ਸਿੰਘ ਜੀ ਜਿਹੜੇ ਹੈਗੇ ਆ, ਇਹਨਾਂ ਦਾ ਜਨਮ 10 ਜਨਵਰੀ 1933 'ਚ ਹੋਇਆ ਸੀਗਾ, ਠੀਕ ਹੈ। ਅਤੇ ਉਸ ਤੋਂ ਬਾਅਦ ਇਹਨਾਂ ਨੂੰ ਜਨਨਪੀਠ ਅਵਾਰਡ ਜਿਹੜਾ, ਇਹਨਾਂ ਨੂੰ ਪਹਿਲੇ ਇਹ ਨਾਵਲਿਸਟ ਸੀਗੇ ਜਿਹਨਾਂ ਨੂੰ ਜਨਨਪੀਠ ਅਵਾਰਡ ਮਿਲਿਆ ਸੀਗਾ। ਕੌਣ? ਗੁਰਦਿਆਲ ਸਿੰਘ ਜੀ, ਠੀਕ ਹੈ। ਔਰ ਬਠਿੰਡਾ ਵਿਖੇ 16 ਅਗਸਤ 2016 ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਸੀ, ਠੀਕ ਹੈ। ਨੈਕਸਟ ਕੁਸ਼ਚਨ, ਹੂ ਵਾਜ਼ ਦੀ ਫਸਟ ਪ੍ਰੈਜ਼ੀਡੈਂਟ ਆਫ ਦੀ SGPC? SGPC ਤੁਹਾਨੂੰ ਪਤਾ ਹੀ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਠੀਕ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਹਿਲਾਂ ਆਪਾਂ ਇੱਕ ਕੁਸ਼ਚਨ ਕੀਤਾ ਸੀ ਲਾਸਟ ਪਾਰਟ 'ਚ, ਕਦੋਂ ਸਟੈਬਲਿਸ਼ ਹੋਇਆ? ਹੁਣ ਕੁਸ਼ਚਨ ਹੈਗਾ, ਫਸਟ ਪ੍ਰੈਜ਼ੀਡੈਂਟ ਕੌਣ ਸੀਗੇ SGPC ਦੇ? ਤਾਂ ਕੌਣ ਸੀਗੇ? ਬਾਬਾ ਖੜਕ ਸਿੰਘ ਜੀ, ਠੀਕ ਹੈ। ਬਾਬਾ ਖੜਕ ਸਿੰਘ ਜੀ ਜਿਹੜੇ ਆ ਉਹ SGPC ਦੇ ਫਸਟ ਪ੍ਰੈਜ਼ੀਡੈਂਟ ਸੀਗੇ, ਨੋਟ ਕਰੀ ਚਲੋ ਨਾਲ ਨਾਲ। ਔਰ ਸਿਆਲਕੋਟ ਦੇ ਵਿੱਚ ਲਿਖ ਲਵੋ, ਸਿਆਲਕੋਟ ਪਾਕਿਸਤਾਨ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ, ਕਦੋਂ? 6 ਜੂਨ 1868 ਦੇ ਵਿੱਚ, ਠੀਕ ਹੈ। 6 ਜੂਨ 1868 ਦੇ ਵਿੱਚ ਸਿਆਲਕੋਟ ਪਾਕਿਸਤਾਨ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ। ਅਤੇ 6 ਅਕਤੂਬਰ 1963 ਦਿੱਲੀ ਦੇ ਵਿੱਚ ਇਹ ਸੀਗੇ ਜਦੋਂ ਇਹਨਾਂ ਦੀ ਡੈਥ ਹੋ ਗਈ, ਠੀਕ ਹੈ, ਦਿੱਲੀ ਦੇ ਵਿੱਚ, ਲਿਖ ਲਿਓ ਨਾਲ ਨਾਲ 6 ਅਕਤੂਬਰ ਨੂੰ। ਅਤੇ ਨੈਕਸਟ ਕੁਸ਼ਚਨ ਦੇਖ ਲੈਂਦੇ ਹਾਂ, ਵਿਚ ਸਿਟੀ ਆਫ ਪੰਜਾਬ ਇਜ਼ ਫੇਮਸ ਫੋਰ ਫਰਨੀਚਰ ਗੁੱਡਸ? ਪੰਜਾਬ ਦੀ ਕਿਹੜੀ ਸਿਟੀ ਆ ਜਿਹਨੂੰ ਫਰਨੀਚਰ ਗੁੱਡਸ ਤੋਂ ਜਾਣਿਆ ਜਾਂਦਾ? ਪਹਿਲਾਂ ਆਪਾਂ ਕੀ ਪੜ੍ਹਿਆ ਸੀ, ਸਟੀਲ ਸਿਟੀ। ਕਿਹੜੀ ਸਿਟੀ ਨੂੰ ਪੰਜਾਬ ਦੇ ਨੂੰ ਸਟੀਲ ਸਿਟੀ ਦੇ ਨਾਂ ਤੋਂ ਜਾਣਿਆ ਜਾਂਦਾ ਆ? ਦੈਟ ਇਜ਼ ਮੰਡੀ ਗੋਬਿੰਦਗੜ੍ਹ। ਹੁਣ ਆਪਾਂ ਕੀ ਪੜ੍ਹ ਰਹੇ ਹਾਂ, ਫਰਨੀਚਰ ਗੁੱਡਸ, ਜਿੱਥੇ ਫਰਨੀਚਰ ਦੀ ਜ਼ਿਆਦਾ ਆਈਟਮਸ ਮਿਲਦੀਆਂ ਨੇ, ਅਤੇ ਪੰਜਾਬ ਦੀ ਕਿਹੜੀ ਜਗ੍ਹਾ ਹੈਗੀ ਆ ਜਿੱਥੇ ਮਿਲਦੀਆਂ ਨੇ? ਕਰਤਾਰਪੁਰ ਸਿਟੀ, ਠੀਕ ਹੈ। ਪੰਜਾਬ ਦੇ ਕਰਤਾਰਪੁਰ ਸਿਟੀ ਦੇ ਵਿੱਚ ਜਿਹੜੇ ਆ ਸਭ ਤੋਂ ਜ਼ਿਆਦਾ ਮਤਲਬ ਫੇਮਸ ਨੇ ਪੰਜਾਬ ਦੇ ਵਿੱਚ ਇਹ ਵਾਲੀ ਮਾਰਕੀਟ ਜਿਹੜੀ ਕਰਤਾਰਪੁਰ ਵਿਖੇ ਹੈ, ਠੀਕ ਹੈ। ਤਾਂ ਨੋਟ ਡਾਊਨ ਜ਼ਰੂਰ ਕਰੀ ਚੱਲੋ ਨਾਲ ਨਾਲ, ਇਹਨਾਂ ਤੁਹਾਨੂੰ ਪ੍ਰੈਕਟਿਸ ਜ਼ਿਆਦਾ ਹੋਏਗੀ ਔਰ ਤੁਹਾਨੂੰ ਯਾਦ ਕਰਨ ਦੇ ਵਿੱਚ ਈਜ਼ੀ ਰਹੇਗਾ ਜਦੋਂ ਵੀ ਤੁਸੀਂ ਤਿਆਰੀ ਕਰ ਰਹੇ ਹੋਵੋਗੇ। ਉਸ ਤੋਂ ਬਾਅਦ ਨੈਕਸਟ ਕੁਸ਼ਚਨ 95 ਕੁਸ਼ਚਨ ਦੇ ਆਪਾਂ ਪਹੁੰਚ ਚੁੱਕੇ ਹਾਂ, ਵਟ ਇਜ਼ ਦੀ ਓਲਡ ਨੇਮ ਆਫ ਪੰਜਾਬ? ਸਭ ਤੋਂ ਪਹਿਲਾਂ ਜਿੱਦਾਂ ਮਤਲਬ ਪੰਜਾਬ ਦਾ ਜਿਹੜਾ ਓਲਡ ਨੇਮ ਜਿਹੜਾ ਸੀਗਾ, ਸਪਤ ਸਿੱਧੂ ਸੀਗਾ। ਸਪਤ ਸਿੱਧੂ ਉਦੋਂ ਪੰਜਾਬ ਦੇ ਵਿੱਚ ਕਿਉਂ ਸੀਗਾ ਸਪਤ ਸਿੱਧੂ ਨਾਮ? ਪੰਜਾਬ 'ਚ ਉਦੋਂ 7 ਨਦੀਆਂ ਹੁੰਦੀਆਂ ਸੀਗੀਆਂ, 7 ਨਦੀਆਂ ਦੀ ਧਰਤੀ ਦੇ ਕਰਕੇ ਪੰਜਾਬ ਨੂੰ ਸਪਤ ਸਿੱਧੂ ਸਿੱਧੂ ਜਿਹੜਾ ਵਾ ਕਿਹਾ ਜਾਂਦਾ ਸੀਗਾ ਉਸ ਟਾਈਮ, ਠੀਕ ਹੈ। ਨੈਕਸਟ ਕੁਸ਼ਚਨ 96 ਕੁਸ਼ਚਨ, ਹੂ ਰੋਟ ਆਨੰਦ ਕਾਰਜ? ਆਨੰਦ ਕਾਰਜ ਨੂੰ ਕਿਹਨਾਂ ਨੇ ਲਿਖਿਆ? ਤਾਂ ਕਿਹਨਾਂ ਨੇ ਲਿਖਿਆ ਆ? ਗੁਰੂ ਰਾਮਦਾਸ ਜੀ ਨੇ ਲਿਖਿਆ ਆ। ਔਰ ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨਾਮ ਵੀ ਪੁੱਛਿਆ ਜਾਂਦਾ ਆ, ਲਿਖ ਲਵੋ। ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨਾਮ ਹੈਗਾ ਭਾਈ ਜੇਠਾ ਜੀ, ਠੀਕ ਹੈ, ਲਿਖ ਲਵੋ ਭਾਈ। ਇਹ ਮੈਂ ਬ੍ਰਸ਼ ਨਾ ਕਰਦੀ ਪਈ ਹਾਂ ਨਾ, ਤਾਂ ਇੱਥੇ ਪ੍ਰੋਪਰ ਲਿਖ ਨਹੀਂ ਹੋ ਰਿਹਾ, ਤਾਂ ਤੁਸੀਂ ਆਪਣੇ ਹਿਸਾਬ ਨਾਲ ਲਿਖ ਲਿਓ, ਮੈਂ ਤੁਹਾਨੂੰ ਵੈਸੇ ਲਿਖ ਕੇ ਦੱਸਦੀ ਪਈ ਹਾਂ, ਠੀਕ ਹੈ, ਤਾਂ ਕਿ ਤੁਹਾਨੂੰ ਈਜ਼ੀ ਰਹੇਗਾ। ਅਤੇ ਆਨੰਦ ਕਾਰਜ ਗੁਰੂ ਰਾਮਦਾਸ ਜੀ ਦੇ ਦੁਆਰਾ ਲਿਖੇ ਗਿਆ। ਔਰ ਇਹਨਾਂ ਦਾ ਜਨਮ ਜਿਹੜਾ ਵਾ ਪੂਅਰ ਜਿਹੜੀ ਹਿੰਦੂ ਫੈਮਿਲੀ ਸੀ ਉੱਥੇ ਹੋਇਆ ਸੀਗਾ, ਕਦੋਂ? 24 ਸਤੰਬਰ 1534 ਦੇ ਵਿੱਚ, ਠੀਕ ਹੈ। 24 ਸਤੰਬਰ 1534 ਦੇ ਵਿੱਚ ਪੂਅਰ ਹਿੰਦੀ ਫੈਮਿਲੀ 'ਚ ਇਹਨਾਂ ਦਾ ਜਨਮ ਹੋਇਆ ਸੀਗਾ। ਬਚਪਨ ਦਾ ਨਾਂ ਇਹਨਾਂ ਦਾ ਸੀਗਾ ਭਾਈ ਜੇਠਾ ਜੀ। ਔਰ ਗੋਇੰਦਵਾਲ ਵਿਖੇ, ਗੋਇੰਦਵਾਲ ਦੇ ਵਿੱਚ 16 ਸਤੰਬਰ 1581 ਦੇ ਵਿੱਚ ਗੁਰੂ ਰਾਮਦਾਸ ਜੀ
ਜੋਤ ਜੋਤ ਸਮਾ ਗਏ ਸੀਗੇ। ਠੀਕ ਹੈ, ਇਹ ਨਾਲ ਨਾਲ ਜ਼ਰੂਰ ਨੋਟ ਕਰ ਲਿਓ। ਗੁਰੂ ਰਾਮਦਾਸ ਜੀ ਜੋਤ ਜੋਤ ਸਮਾ ਗਏ ਸੀ 16 ਸਤੰਬਰ 1581 ਦੇ ਵਿੱਚ। ਕਿੱਥੇ ਸੀਗੇ? ਗੋਇੰਦਵਾਲ ਦੇ ਵਿੱਚ। ਉਸ ਤੋਂ ਬਾਅਦ ਓਫੀਸ਼ੀਅਲ ਲੈਂਗੁਏਜ ਆਫ ਪੰਜਾਬ, ਇਹ ਤਾਂ ਸਿੰਪਲ ਹੀ ਕੁਸ਼ਚਨ ਹੈ। ਪੰਜਾਬ ਦੇ ਵਿੱਚ ਰਹਿੰਦੇ ਹਾਂ ਤਾਂ ਓਬੀਅਸਲੀ ਪੰਜਾਬ ਜਿਹੜੀ ਓਫੀਸ਼ੀਅਲ ਲੈਂਗੁਏਜ ਹੋਊਗੀ, ਜਿਹੜੀ ਪੰਜਾਬ ਦੇ ਵਿੱਚ ਬੋਲੀ ਹੀ ਜਾਂਦੀ ਆ, ਉਹ ਕਿਹੜੀ ਹੋਊਗੀ? ਪੰਜਾਬੀ। ਬਾਕੀ ਤਾਂ ਅਦਰ ਲੈਂਗੁਏਜ ਨੇ, ਹਿੰਦੀ ਨੈਸ਼ਨਲ ਲੈਂਗੁਏਜ ਆ, ਤੁਹਾਨੂੰ ਪਤਾ ਹੀ ਆ, ਉਹ ਵੀ ਬੋਲੀ ਜ਼ਰੂਰੀ ਆ, ਬਟ ਜਿਹੜੀ ਓਫੀਸ਼ੀਅਲ ਲੈਂਗੁਏਜ ਆ ਪੰਜਾਬ ਦੀ, ਉਹ ਵੀ ਹੈਗੀ ਆ ਪੰਜਾਬ, ਪੰਜਾਬੀ। ਵੈਨ ਡਿਡ ਰਣਜੀਤ ਸਿੰਘ ਜੀ ਡਾਏ? ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, 1847 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਗੁਜ਼ਰ ਗਏ ਸੀਗੇ, 27 ਜੂਨ 1839 ਦੇ ਵਿੱਚ। ਠੀਕ ਹੈ, ਔਰ ਇਹ ਵੀ ਲਿਖ ਲਵੋ ਇਹ ਉਦੋਂ ਕਿੱਥੇ ਸੀਗੇ। ਜਿੰਨੀ ਵਾਰ ਰਿਪੀਟ ਹੋਊਗਾ ਵੈਸੇ ਤੁਹਾਨੂੰ ਯਾਦ ਈਜ਼ੀ ਹੋਊਗਾ। ਲਾਹੌਰ ਪਾਕਿਸਤਾਨ ਦੇ ਵਿੱਚ। ਠੀਕ ਹੈ, ਰਿਪੀਟ ਹੋਣ ਨਾਲ ਯਾਦ ਜਲਦੀ ਹੋ ਜਾਂਦੇ ਨੇ। ਠੀਕ ਹੈ, ਉਸ ਤੋਂ ਬਾਅਦ 13 ਨਵੰਬਰ ਨੂੰ, 13/11 ਯਾਨੀ 13 ਨਵੰਬਰ ਨੂੰ 1780 ਈਸਵੀ ਦੇ ਵਿੱਚ ਗੁਜਰਾਂਵਾਲਾ ਪਾਕਿਸਤਾਨ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ। ਕਿਹਨਾਂ ਦਾ? ਮਹਾਰਾਜਾ ਰਣਜੀਤ ਸਿੰਘ ਜੀ ਦਾ। ਠੀਕ ਹੈ, ਨੈਕਸਟ ਕੁਸ਼ਚਨ 99th। ਵਟ ਕਮਸ ਬਿਫੋਰ ਦੁਸ਼ਹਿਰਾ? ਦੁਸ਼ਹਿਰੇ ਤੋਂ ਪਹਿਲਾਂ ਕੀ ਸੈਲੀਬ੍ਰੇਟ ਕੀਤਾ ਜਾਂਦਾ? ਕੀ ਆਉਂਦਾ ਆ? ਨਵਰਾਤਰੇ। ਨਰਾਤਿਆਂ ਤੋਂ ਪਹਿਲਾਂ ਆਉਂਦੇ ਨੇ ਸਰਾਧ, ਸਰਾਧਾਂ ਤੋਂ ਬਾਅਦ ਆਉਂਦੇ ਨਰਾਤੇ। ਠੀਕ ਹੈ, ਨਰਾਤਿਆਂ ਤੋਂ ਬਾਅਦ ਆਉਂਦਾ ਦੁਸ਼ਹਿਰਾ, ਦੈਨ ਤੁਹਾਨੂੰ ਪਤਾ ਹੀ ਆ ਦੀਵਾਲੀ ਆਉਂਦੀ ਹੈ। ਠੀਕ ਹੈ, ਤਾਂ ਇਹ ਇੰਪੋਰਟੈਂਟ ਕੁਸ਼ਚਨ ਹੈਗਾ, ਸਿੰਪਲ ਜਿਹਾ, ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਕਿ ਦੁਸ਼ਹਿਰੇ ਤੋਂ ਪਹਿਲਾਂ ਕੀ ਆਉਂਦੇ ਨੇ। ਦੁਸ਼ਹਿਰਾ ਜਦੋਂ ਮਰਜ਼ੀ ਹੋਵੇ ਬਟ ਉਸ ਤੋਂ ਪਹਿਲਾਂ ਨਰਾਤੇ ਆਉਂਦੇ ਹੀ ਆਉਂਦੇ ਨੇ। ਸੋ ਯਾਦ ਰੱਖਿਓ ਕਿ ਦੁਸ਼ਹਿਰੇ ਤੋਂ ਪਹਿਲਾਂ ਕੀ ਆਉਂਦਾ ਨੇ? ਨਵਰਾਤਰੇ ਆਉਂਦੇ ਨੇ। ਉਸ ਤੋਂ ਬਾਅਦ ਨੈਕਸਟ ਕੁਸ਼ਚਨ, ਭਾਖੜਾ ਡੈਮ ਇਜ਼ ਲੋਕੇਟਿਡ ਔਨ ਵਿਚ ਰਿਵਰ? ਭਾਖੜਾ ਡੈਮ ਜਿਹੜਾ ਵਾ ਕਿਹੜੇ ਰਿਵਰ ਦੇ ਉੱਤੇ ਹੈਗਾ ਵਾ? ਭਾਖੜਾ ਡੈਮ ਲਿਖ ਲਵੋ, ਭਾਖੜਾ ਬਾਂਧ ਜਿਹਨੂੰ ਤੁਸੀਂ ਕਹਿੰਦੇ ਆ, ਭਾਖੜਾ ਬਾਂਧ। ਠੀਕ ਹੈ, ਤਾਂ ਨੋਟ ਕਰ ਲਿਓ, ਭਾਖੜਾ ਜਿਹੜਾ ਡੈਮ ਹੈਗਾ ਵਾ ਉਹ ਸਤਲੁਜ ਨਦੀ ਦੇ ਉੱਤੇ ਆ। ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ, ਸਿੰਪਲ ਜਿਹਾ ਕੁਸ਼ਚਨ ਹੈ। ਸੋ ਇਹ ਅੱਜ ਜਿਹੜੇ ਆਪਾਂ ਕੀਤੇ ਨੇ 51 ਤੋਂ ਲੈ ਕੇ 100 ਇੰਪੋਰਟੈਂਟ ਐਮ ਸੀ ਕਿਊਜ਼ ਡਿਸਕਸ ਕੀਤੇ ਨੇ। ਇਸ ਤੋਂ ਪਹਿਲਾਂ ਆਪਾਂ 1 to 50 ਕਰ ਚੁੱਕੇ ਹਾਂ ਲਾਸਟ ਪਾਰਟ ਦੇ ਵਿੱਚ, ਜਿਹੜਾ ਪਾਰਟ 1 ਸੀ ਆਪਣਾ। ਔਰ ਉਸ ਤੋਂ ਪਹਿਲਾਂ ਜਿਹੜਾ ਇੱਕ ਪਾਰਟ ਮੈਂ ਤੁਹਾਨੂੰ ਲੈ ਕੇ ਸੀ ਉਹ 50+ ਮਿਨਟ ਦਾ, ਜਿਹਦੇ 'ਚ ਆਪਾਂ ਆਲ ਓਵਰ ਪੰਜਾਬ ਦੇ ਬਾਰੇ ਪੜ੍ਹਿਆ ਆ, ਉਹ ਵੀ ਹਜੇ ਪਾਰਟ 1 ਹੈ ਓਨਲੀ। ਠੀਕ ਹੈ, ਪਾਰਟ 2 ਵੀ ਉਹਦਾ ਆਏਗਾ, ਔਰ ਉਹਦੇ ਵਿੱਚੋਂ ਇੰਨੇ ਜ਼ਿਆਦਾ ਕੁਸ਼ਚਨ ਪੁੱਛੇ ਜਾਂਦੇ ਨੇ, ਉਹ ਜ਼ਰੂਰ ਚੈੱਕ ਕਰ ਲਿਓ ਇੱਕ ਵਾਰ। ਜੇ ਤੁਸੀਂ ਮੇਰੇ ਚੈਨਲ 'ਤੇ ਦੇਖੋਗੇ ਤਾਂ 2nd ਜਾਂ 3rd ਵੀਡੀਓ ਉਹ ਹੋਏਗੀ, ਉਹਨੂੰ ਜ਼ਰੂਰ ਚੈੱਕ ਕਰ ਲਿਓ, ਉਹ ਬਹੁਤ ਜ਼ਿਆਦਾ ਇੰਪੋਰਟੈਂਟ ਪਾਰਟ ਬਣੇਗਾ। ਠੀਕ ਹੈ, ਤੁਸੀਂ ਪੰਜਾਬ ਦੇ ਕਿਸੇ ਵੀ ਲੈਵਲ ਦੇ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਪਲੀਜ਼ ਲੈਸਨ ਨੂੰ ਲਾਈਕ ਜ਼ਰੂਰ ਕਰਿਓ, ਔਰ ਜ਼ਰੂਰ ਦੱਸਿਓ ਨੈਕਸਟ ਲੈਸਨ ਕਿੱਦਾਂ ਦਾ ਆਉਣਾ ਚਾਹੀਦਾ, ਉਹ ਤੁਹਾਨੂੰ ਕਿੱਦਾਂ ਦਾ ਲੈਸਨ ਲੱਗਾ ਜ਼ਰੂਰ ਦੱਸਿਓ। ਤਾਂ ਮਿਲਦੇ ਹਾਂ ਅਗਲੇ ਲੈਸਨ ਦੇ ਵਿੱਚ। ਥੈਂਕ ਯੂ, ਥੈਂਕਸ ਫੋਰ ਵਾਚਿੰਗ।